ਅਵਤਾਰ ਸਿੰਘ ਸਰਾਣੇ ਨੂੰ ਪਟਿਆਲਾ ਪੁਲਿਸ ਨੇ ਪ੍ਰੈਸਾਂ ਲਾ ਲਾ ਕੇ ਸਾੜ ਦਿੱਤਾ ਸੀ। ਕਹਿੰਦਾ ਕੱਪੜੇ ਲਾ ਦਿਓ, ਮੈਂ ਖੜ੍ਹਾ, ਮੈਂ ਲਾ ਤੇ ਹੀ ਅਲਪਨੰਗਾ ਕਰ ਲਿਆ। ਹਾਂਜੀ ਹਾਂ, ਬਸ ਉਹ ਮੈਨੂੰ ਬਾਅਦ 'ਚ ਫਿਰ ਪਤਾ ਲੱਗਾ ਵੀ ਇੱਕ ਤਰੀਕਾ ਸੀ ਕਿ ਉਹ ਗਰਮ ਕਰ ਲਈ ਸੀ। ਬਸ ਫਿਰ ਉਹ ਦੌਰ ਸ਼ੁਰੂ ਹੋਇਆ ਜੀ, ਜਿਹੜਾ ਪਹਿਲੀ ਜਦੋਂ ਅਨਟੈਰਵਰਟ ਕੀਤੀ, ਜਦੋਂ ਉਹਨੇ ਚੱਡੇ ਪਾੜੇ। ਫਸਟ ਜਿਹੜੀ ਕੁੱਟ ਸੀ ਮੈਨੂੰ ਬੁਖਾਰ, ਫਿਰ ਮੇਰਾ ਬੁਖਾਰ ਨਹੀਂ ਉਤਰਿਆ ਕਈ ਦਿਨ ਹੀ। ਐਂ ਕੁੱਟਦੇ ਰਹੇ ਪਾੜਦੇ ਨੇ ਫਿਰ ਚੱਡੇ, ਕਿਵੇਂ ਤੁਸੀਂ ਇਹ ਦਿੰਦੇ ਚੱਡੇ? ਇਹ ਇਸ ਤਰ੍ਹਾਂ ਜ਼ਮੀਨ 'ਤੇ ਐਂ ਬਿਠਾ ਲੈਂਦੇ ਇੱਦਾਂ, ਅਤੇ ਆਹ ਲੱਤਾਂ ਜਿਹੜੀਆਂ ਨੇ ਦੋ ਬੰਦੇ ਇੱਧਰੋਂ ਫੜਦੇ ਨੇ, ਦੋ ਇੱਧਰੋਂ, ਅਤੇ ਜਿਹੜੀ ਗੋਡੇ ਦੀ ਚੱਪਣੀ ਆ ਇਹਦੇ ਉੱਤੇ ਹੱਥ ਰੱਖ ਲੈਂਦੇ, ਇਹ ਉਤਾਰਾ ਉੱਠੇਗਾ, ਇਹਦੇ ਉੱਤੇ ਇਹਨੂੰ ਦੱਬ ਲੈਂਦੇ ਜ਼ੋਰ ਨਾਲ, ਅਤੇ ਇੱਕ ਲੱਤ ਐਂ ਐਂ ਖਿੱਚੀ ਹੁੰਦੀ, ਉਹ ਬਰਾਬਰ ਖਿੱਚਦੇ ਦੋਨੋਂ ਪਾਸੇ, ਅਤੇ ਜਿਹੜਾ ਪਿੱਛੇ ਬੰਦਾ ਹੁੰਦਾ ਬਾਹਾਂ ਐਂ ਬੰਨ ਲੈਂਦੇ ਇਸ ਤਰ੍ਹਾਂ, ਅਤੇ ਇੱਥੇ ਉਹਨਾਂ ਨੇ ਤੁਹਾਡੇ ਆਹ ਪੈਰ ਲਾ ਲੈਣਾ, ਪਿਛਲੇ ਪਾਸੇ ਪੈਰ ਲਾ ਕੇ, ਅਤੇ ਜਿਹੜਾ ਕੇਸ ਨੇ ਉਹਨਾਂ ਨੇ ਐਂ ਫੜ ਲੈਣਾ ਤੁਹਾਡੇ ਵਿੱਚ, ਅਤੇ ਲੱਕ ਦੇ ਵਿੱਚ ਗੋਡਾ ਲਾ ਲੈਣਾ, ਐਂ ਪੈਰ ਰੱਖ ਕੇ ਐਂ ਗੋਡਾ ਲਾ ਲੈਣਾ ਇਸ ਤਰ੍ਹਾਂ, ਫਿਰ ਉਹ ਚੱਡੇ ਪਾੜਨੇ, ਚੱਡੇ ਪਾੜ ਕੇ ਫਿਰ ਜਦੋਂ ਇੱਥੇ ਲੈ ਆਉਂਦੇ ਆ ਬਰਾਬਰ ਬਿਲਕੁਲ ਇੱਥੇ, ਬੰਦੇ ਦੀ ਤਾਂ ਆਵਾਜ਼ ਹੀ ਨਿਕਲਦੀ, ਹੋਰ ਕੁਛ ਨਹੀਂ ਬੋਲ ਪਾਉਂਦੇ, ਇਸੇ ਪੁਜੀਸ਼ਨ 'ਚ ਫਿਰ ਉਹ ਕਰੰਟ ਲਾ। ਕਿੱਥੇ ਕਿੱਥੇ ਕਰੰਟ ਲਾਏ? ਪਹਿਲਾਂ ਸ਼ੁਰੂ ਕਰਦੇ ਨੇ ਕੰਨਾਂ ਤੋਂ, ਚੁੰਡੀਆਂ ਹੁੰਦੀਆਂ ਜਿੱਦਾਂ ਦੀਆਂ ਬੈਟਰੀ ਵਾਲੀਆਂ ਹੁੰਦੀਆਂ, ਇੱਥੇ ਲਾਉਂਦੇ, ਇਸ ਤੋਂ ਬਾਅਦ ਫਿਰ ਇੱਥੇ ਲਾਉਂਦੇ ਨਿਕਲਣ, ਫਿਰ ਉਹ ਨੀਚੇ ਗੁਪਤੰਗਾ, ਗੁਪਤੰਗਾ 'ਤੇ ਵੀ ਕਰੰਟ ਲਾਉਂਦੇ? ਹਾਂਜੀ ਲਾਉਂਦੇ ਲਾਉਂਦੇ। ਘੋਟਣੇ ਦਾ ਵੀ ਜ਼ਿਕਰ ਆਉਂਦਾ, ਘੋਟਣੇ ਦਾ ਨਾਮ ਕਿਵੇਂ ਪਿਆ? ਉਹ ਉਹੀ ਘੋਟਣਾ, ਘੋਟਣੇ ਕਰਕੇ ਪਿਆ ਜੀ। ਇਹ ਮਤਲਬ ਇੱਕ ਗੋਲ ਡੰਡਾ, ਅਤੇ ਆਹ ਲੱਤਾਂ ਤੁਹਾਡੀਆਂ, ਇਹਨਾਂ ਦੇ ਉੱਤੇ ਐਂ ਰੱਖ ਲੈਣਾ, ਦੋ ਬੰਦੇ ਇੱਧਰ, ਵੱਧ ਵੀ ਚੜ੍ਹ ਜਾਂਦੇ ਜਿੰਨੇ ਵੀ ਆ ਜਾਓ ਵੀ ਚੜ੍ਹ ਜਾਓ ਉੱਤੇ, ਬਸ ਦੋ ਚੜ੍ਹ ਗਏ, ਤਿੰਨ ਚੜ੍ਹ ਗਏ, ਚਾਰ ਵੀ ਚੜ੍ਹ ਗਏ, ਜਿੰਨਾ ਡੰਡਾ ਵੱਧ ਹੁੰਦਾ ਸਪੇਸ ਹੁੰਦੀ ਉਹਨੇ ਚੜ੍ਹ ਜਾਂਦੇ ਉੱਤੇ, ਫਿਰ ਉਹਨੂੰ ਘੁਮਾਉਂਦੇ, ਮਾਸ ਟੁੱਟ ਜਾਂਦਾ ਪਾੜ ਜਾਂਦਾ। ਹੁਣ ਆਹੀ ਲੱਤਾਂ ਨੇ ਐਂ ਹੀ ਆ, ਅਤੇ ਇਹਨਾਂ ਨੂੰ ਤੁਸੀਂ ਇੱਥੇ ਉਂਗਲਾਂ ਨੂੰ ਲੈ ਕੇ ਆਉਣਾ, ਇਹ ਕਿਵੇਂ ਰਹਿ ਬਚਣਗੀਆਂ ਜੀ? ਉਹਨੇ ਤੁਹਾਨੂੰ ਕਿਹਾ ਵੀ ਤੇਰੇ ਲਈ ਕੁਝ ਸਮਾਂ, ਫਿਰ ਕੀ ਮੂਵਮੈਂਟ ਸੀ ਮਨ ਦੇ ਵਿੱਚ, ਕੀ ਚੱਲ ਰਿਹਾ ਸੀ? ਇਹ ਗੱਲ ਦਾ ਪੱਕਾ ਹੋ ਗਿਆ ਜਦੋਂ ਫਿਰ ਇਹਨਾਂ ਨੇ ਅੱਗੇ ਪਰਦਾ ਲਾ ਤਾ ਨਾ, ਫਿਰ ਇਹਨਾਂ ਨੇ ਬਾਹਰ ਨਹੀਂ ਕੱਢਿਆ, ਫਿਰ ਮੈਨੂੰ ਲੈ ਗਿਆ, ਮੈਂ ਕਿਹਾ ਹੁਣ ਸਾਡਾ ਮੁਕਾਬਲਾ ਬਣਾਉਣਗੇ ਇਹ, ਆਖਰੀ ਸਮਾਂ। ਹਾਂ ਆਖਰੀ ਸਮਾਂ, ਹਾਂ। ਉਹਨੇ ਜਾ ਕੇ ਮੁਨਸ਼ੀ ਨੂੰ ਕਿਹਾ, ਕਹਿੰਦੇ ਚੱਲ ਜਵਾ ਕੇ ਯਾਰ ਪਿਸ਼ਾਬ ਕਰਾ ਦੇ, ਕੋਈ ਗੱਲ ਨਹੀਂ, ਪਿਸ਼ਾਬ ਕਰਨ ਦਾ ਰੌਲਾ ਪਾਤਾ, ਪੰਚਾਇਤ 'ਚ ਰੌਲਾ ਪੈ ਗਿਆ। MLA ਸੀ ਗੁਰਦੇਵ ਸਿੰਘ ਸਿੱਧੂ, ਉਹ ਕਹਿੰਦਾ ਵੀ ਇਹਨੂੰ ਸਾਨੂੰ ਮਹੀਨਾ ਹੋ ਗਿਆ ਲੱਭ ਜਾਣ, ਜਾਂ ਇਹਨੂੰ ਪੇਸ਼ ਕਰੋ ਜਾਂ ਇਹਨੂੰ ਛੱਡੋ। ਕਹਿੰਦਾ ਵਧਾਈਆਂ ਹੋ ਗਈਆਂ। ਮੈਂ ਉਹਨੂੰ ਕਹਿਣ ਡਿਆ, ਮੈਂ ਸਰ ਕੀ ਗੱਲ ਹੋ ਗਈ ਜਨਾਬ, ਮੈਨੂੰ ਉਹਨਾਂ ਦਾ ਮਾਰ ਦੇਣਾ ਸੀ, ਤੁਹਾਨੂੰ ਬਚ ਗਏ ਤੁਸੀਂ। ਇੱਕ ਵਾਰੀ ਕਾਲ ਆਈ ਫੈਡਰੇਸ਼ਨ ਦੀ, ਸਾਨੂੰ ਉਦੋਂ ਪਤਾ ਨਹੀਂ ਹੁੰਦਾ ਵੀ 6 ਜੂਨ ਨੂੰ ਬੰਦ ਕਰਾਉਣੇ ਨੇ। ਮੈਂ ਪਬਲਿਕ ਸਕੂਲ ਸਮਾਣੇ ਪ੍ਰਿੰਸੀਪਲ ਦੇ ਟੇਬਲ 'ਤੇ ਪਿਸਟਲ ਰੱਖ ਕੇ ਅਤੇ ਬੰਦ ਕਰਾ ਕੇ ਆਇਆ ਜੀ। ਕਿੰਨੀ ਉਮਰ ਸੀ ਉਹਦੀ? 13 ਕੁ ਸਾਲ ਦਾ ਹੋਊਗਾ। ਅਤੇ ਅਸੀਂ ਆਪਣੇ ਆਪ ਨੂੰ ਸਮਝਦੇ ਵੀ ਅਸੀਂ ਹੋਈ ਹਾਂ ਬਸ, ਬਾਕੀ ਹੈ ਨਹੀਂ ਕੁਛ। ਆਪਣੇ ਘਰ ਖਾੜਕੂ ਸਿੰਘ ਆਉਂਦੇ, ਸਾਡਾ ਡੇਰਾ ਖੇਤਾਂ 'ਚ ਸੀਗਾ, ਮੇਰਾ ਕੰਮ ਸੀਗਾ ਵੀ ਉਹਨਾਂ ਨੂੰ ਕਿਤੇ ਛੱਡ ਆਉਣਾ ਜਾਂ ਕਿਤੋਂ ਲੈ ਆਉਣਾ, ਇਦੋਂ ਵੱਧ ਮੈਨੂੰ ਕੁਛ ਪਤਾ ਨਹੀਂ। ਕਾਹਦੇ ਜਾਂਦੇ ਸਰ? ਮੋਟਰਸਾਈਕਲ? ਟਰੈਕਟਰ 'ਤੇ? ਕੋਈ ਕਿਸੇ ਗੱਲ ਦਾ ਪਤਾ ਨਹੀਂ, ਬਸ ਇਹ ਇੱਕ ਖੂਨ 'ਚ ਗੱਲ ਸੀ ਵੀ ਬਾਗੀ ਵੀ ਇਹ ਕੋਈ ਵਧੀਆ ਗੱਲ ਆ ਜਿਹਦੇ ਲਈ ਬੰਦੇ ਮਾਰ ਰਹੇ। ਇੱਕ ਬੀਬੀ ਦੇ ਸਾਹਮਣੇ ਸਾਨੂੰ ਅਲਫ ਨੰਗਿਆ ਰੱਖਿਆ, ਉਹ ਅਸਹਿ ਸੀ ਬਿਲਕੁਲ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਜ਼ਿਕਰ ਹੋ ਰਿਹਾ। 3 ਦਹਾਕਿਆਂ ਤੋਂ ਬਾਅਦ ਉਹਨਾਂ ਦੀ ਰਿਪੋਰਟ ਜਨਤਕ ਹੋਈ ਆ। 1992 ਦੇ ਵਿੱਚ ਤਸੀਹੇ ਦੇ ਦੇ ਕੇ ਪੁਲਿਸ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹੈ। ਸਾਡੇ ਨਾਲ ਖਾੜਕੂ ਸਫਾ ਦੇ ਵਿੱਚ ਨਾਮ ਗੂੰਜਦਾ ਸੀ ਬਾਬਾ ਬਖਸ਼ੀਸ਼ ਸਿੰਘ ਦਾ, ਉਹ ਸਾਡੇ ਨਾਲ ਨੇ ਅੱਜ ਸਾਡੇ ਨਾਲ ਗੱਲਬਾਤ ਕਰਨਗੇ। ਕਿਸ ਤਰ੍ਹਾਂ ਇਹਨਾਂ ਦੀ ਭਾਈ ਕੌਂਕੇ ਸਾਹਿਬ ਦੇ ਨਾਲ ਮੁਲਾਕਾਤ ਹੋਈ, ਇਹਨਾਂ ਨੂੰ ਕਿੰਨੇ ਤਸੀਹੇ ਨੇ ਜਿਹੜੇ ਪੁਲਿਸ ਦੇ ਚੱਲਣੇ ਪਏ ਨੇ, ਕਿਹੜੇ ਕਿਹੜੇ ਪਰਿਵਾਰ ਦੇ ਮੈਂਬਰ ਉਸ ਦੌਰ ਦੀ ਭੇਟ ਚੜ ਗਏ ਨੇ।
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ 'ਤੇ ਆਵਾਂਗਾ। 14 ਸਾਲ ਦੀ ਉਮਰ ਦੇ ਵਿੱਚ ਬਹੁਤ ਸੰਤਾਪ ਪੜਾਇਆ, ਬਹੁਤ ਤੁਹਾਡੇ ਨੂੰ ਤਸੀਹੇ ਦਿੱਤੇ ਗਏ, ਕਿਵੇਂ ਉਹ ਦੌਰ ਚੱਲਿਆ ਭਾਈ ਸਾਹਿਬ ਦੀ ਵੀ ਗੱਲਬਾਤ ਕਰਾਂਗੇ। ਜਦੋਂ 25 ਸਾਲ ਬਾਅਦ ਰਿਪੋਰਟ ਖੁੱਲ੍ਹੀ ਆ ਪੰਥਕ ਸਰਕਾਰ ਨੇ ਜਾਂਚ ਦੇ ਹੁਕਮ, ਉਹਦਾ ਵੀ ਜ਼ਿਕਰ ਕਰਾਂਗੇ ਆਪਾਂ। ਤੁਹਾਨੂੰ ਕਿਵੇਂ 14 ਸਾਲ ਦੀ ਉਮਰ ਦੇ ਵਿੱਚ ਪੁਲਿਸ ਨੇ ਘਰੋਂ ਚੁੱਕਿਆ, ਉਸ ਤੋਂ ਬਾਅਦ ਕਿਵੇਂ ਕਿਵੇਂ ਤਸੀਹੇ ਹੋਏ? ਅਸਲ 'ਚ ਨਾ ਕੁਛ ਗੱਲਾਂ ਮੈਂ ਤੁਹਾਡੇ ਨਾਲ ਇਹ ਕਰਨਾ ਚਾਹੁੰਦਾ ਕਿ ਸਾਡੀਆਂ ਜਿਹੜੀਆਂ ਅਖਬਾਰਾਂ ਨੇ ਜਾਂ ਸਾਡੇ ਜਿਹੜੇ ਚੈਨਲ ਨੇ ਉਹਨਾਂ ਨੂੰ ਚਾਹੀਦਾ ਵੀ ਇੱਕ ਪਾਸਿਓਂ ਲੱਗ ਕੇ ਪੰਜਾਬ ਦੇ ਇੱਕ ਇਸ ਗੱਲ ਦੇ ਉੱਤੇ ਪੂਰੀ ਇੱਕ ਡਾਕੂਮੈਂਟਰੀ ਇਕੱਠੀ ਕੀਤੀ ਜਾਏ, ਇੱਕ ਘਰ ਘਰ 'ਚੋਂ ਪਤਾ ਕੀਤਾ ਜਾਏ ਕਿਹੜੇ ਬੰਦੇ ਲਾਪਤਾ ਹੋਏ, ਕਿਹੜੇ ਬੰਦੇ ਇੱਥੇ ਸ਼ਹੀਦ ਹੋਏ, ਕਿਹੜੇ ਬੰਦੇ ਨਾਲ ਕੀ ਕੀ ਵਾਪਰਿਆ। ਹੁਣ ਜਿਵੇਂ ਮੰਨ ਲਓ ਵੀ ਮੈਨੂੰ ਮਾੜਾ ਮੋਟਾ ਜਾਣਦੇ ਹੋ ਤੁਸੀਂ ਜਾਂ ਕੋਈ ਬੰਦੇ ਮੇਰੇ ਕੋਲ ਆ ਗਏ, ਮੇਰੀ ਗੱਲ ਪੁੱਛ ਲਈ, ਮੈਂ ਉਹਨੇ ਕੋਈ ਦੱਸਤੀ, ਹੈ ਨਾ, ਤੁਸੀਂ ਦੇਖੋ ਕਿ ਉੱਥੇ CIN ਦੇ ਵਿੱਚ ਲਗਭਗ 2 ਤੋਂ 3 ਟੀਮਾਂ ਹੁੰਦੀਆਂ ਕੁੱਟਣ ਵਾਲੀਆਂ, 3 ਟੀਮਾਂ, 2-3 ਟੀਮਾਂ ਕੁੱਟਦੀਆਂ ਰਹਿੰਦੀਆਂ ਅਤੇ ਬੰਦਿਆਂ ਦੀ ਤੀਜੇ ਦਿਨ ਦੂਜੇ ਦਿਨ ਵਾਰੀ ਆਉਂਦੀ ਜਦੋਂ ਕੋਈ ਮਤਲਬ ਕਾਂਡ ਹੋ ਜਾਣਾ ਕਿਤੇ, ਅਤੇ ਏਰੀਏ ਦੇ ਵਿੱਚ 2-2, 3-300 ਬੰਦਾ ਰਿਸ਼ਤੇਦਾਰ ਭੈਣ ਭਰਾ ਚੁੱਕ ਲੈਣੇ, ਹੈ ਨਾ। ਤੁਸੀਂ ਦੇਖੋ ਕਿ ਕਿੰਨੇ ਕੁ ਲੋਕ ਟੋਰਚਰ ਹੁੰਦੇ ਹੋਣਗੇ ਜਿਨ੍ਹਾਂ ਦੀ ਜਿਹੜੇ ਜਿਵੇਂ ਭਾਈ ਦਲਜੀਤ ਸਿੰਘ ਨੇ ਬੁੱਕ ਲਿਖੀ ਆ ਅਣਗੌਲੇ, ਜਿਹੜੇ ਅਣਗੌਲੇ ਹੋ ਗਏ ਨੇ, ਜਿਹੜੇ ਇਸ ਮੂਮੈਂਟ ਦੇ ਪਿਛਲੇ ਪਾਸੇ ਨੇ, ਜਿਨ੍ਹਾਂ ਦੇ ਜ਼ੋਰ ਕਰਕੇ ਅਸੀਂ ਕੁੱਟ ਖਾ ਗਏ, ਉਹਨਾਂ ਦਾ ਜ਼ਿਕਰ ਨਹੀਂ ਹੋ ਰਿਹਾ। ਅਸਲ 'ਚ ਉਹ ਲੋਕਾਂ ਦਾ, ਉਹ ਹਸਤੀਆਂ ਦਾ ਸਾਡੇ ਪਿੱਛੇ ਜ਼ੋਰ ਸੀ ਜਿਹਦੇ ਕਰਕੇ ਅਸੀਂ ਸਹਿ ਗਏ, ਜਿਹੜੇ ਭਾਈ ਗੁਰਦੇਵ ਸਿੰਘ ਦੇਬੂ ਵਰਗੇ, ਭਾਈ ਅਵਤਾਰ ਸਿੰਘ ਸਤਰਾਣੇ ਵਰਗੇ ਭਾਊ ਜਰਨੈਲ ਦੇ ਭਰਾ ਸੀਗੇ, ਜਿਨ੍ਹਾਂ ਨੂੰ ਪ੍ਰੈਸਾਂ ਲਾ ਲਾ ਕੇ ਸ਼ਹੀਦ ਕਰਤਾ, ਉਹ ਲੋਕ ਜਿਹੜੇ ਘਰੋਂ ਚੁੱਕ ਕੇ ਖਪਾ ਦਿੱਤੇ ਗਏ, ਜਿਨ੍ਹਾਂ ਦਾ ਅਜੇ ਤੱਕ ਉਹਨਾਂ ਦੀਆਂ ਸਵਾਣੀਆਂ, ਉਹਨਾਂ ਦੀਆਂ ਭੈਣਾਂ ਮਾਵਾਂ ਵੇਟ ਕਰ ਰਹੀਆਂ ਨੇ ਕਿ ਕਦੀ ਕੋਈ ਸਾਡਾ ਆਊਗਾ ਵਾਪਸ, ਹੈ ਨਾ। ਪ੍ਰੈਸ ਵਾਲਾ ਜ਼ਿਕਰ ਕਰਨ, ਪ੍ਰੈਸ ਕਿਵੇਂ ਲਾਉਂਦੀ ਸੀ ਪੁਲਿਸ? ਗਰਮ ਕਰਕੇ ਜੀ, ਪਿੰਡੇ 'ਤੇ ਲਾ। ਹਾਂਜੀ, ਉਹ ਤਾਂ ਫੋਟੋਆਂ ਪਈਆਂ ਨੇ, ਜਿਹੜਾ ਮੈਗਜ਼ੀਨ ਆਪਣਾ ਛਪਦਾ ਆ ਭਾਈ ਬਲਜੀਤ ਸਿੰਘ ਖਾਲਸੇ ਹੁਣੀ ਛਾਪਦੇ ਨੇ, ਉਹਦੀ ਬੈਕ 'ਤੇ ਉਹਨਾਂ ਦਾ ਲੋਗੋ ਪੱਕਾ ਹੀ ਲੱਗਾ ਹੋਇਆ। ਅਵਤਾਰ ਸਿੰਘ ਸਤਰਾਣੇ ਨੂੰ ਪਟਿਆਲਾ ਪੁਲਿਸ ਨੇ ਪ੍ਰੈਸਾਂ ਲਾ ਲਾ ਕੇ ਸਾੜ ਦਿੱਤਾ ਸੀ ਸਰ। ਸੋ ਇਹ ਉਹ ਲੋਕਾਂ ਦਾ ਜਿਹੜਾ ਜ਼ੋਰ ਆ ਸਾਡੇ ਪਿੱਛੇ, ਹੈ ਨਾ। ਤੁਸੀਂ ਜਿਹੜੀ ਗੱਲ ਆਪਾਂ ਸ਼ੁਰੂ ਕੀਤੀ ਹੈ ਵੀ ਮੈਂ, ਇਕੱਲੀ ਮੇਰੀ ਕਹਾਣੀ ਨਹੀਂ ਹੈ, ਮਾਝੇ ਦੇ ਵਿੱਚ ਹਰ ਘਰ ਦੀ ਕਹਾਣੀ ਆ, ਮਾਲਵੇ 'ਚ ਹਰ ਦੂਜੇ ਤੀਜੇ ਘਰ ਦੀ ਕਹਾਣੀ ਆ, ਅਤੇ ਮਾਝੇ ਦੇ ਹਰ ਘਰ ਦੀ ਕਹਾਣੀ। ਉਹਦੇ ਵਿੱਚ ਤੁਸੀਂ ਇਹ ਵੇਖੋ ਵੀ ਮੇਰੇ ਤੋਂ ਛੋਟੇ ਵੀ ਸੀ ਬੱਚੇ ਜਿਨ੍ਹਾਂ ਨੇ ਇੰਟੈਰੋਗੇਟ ਝੱਲੀ ਆ, ਤੋਂ ਘੱਟ ਉਮਰ ਦੇ ਵੀ। ਹਾਂਜੀ, ਹੁਣ ਬਾਈ ਚਾਂਸ ਕੁਛ ਸਾਡੇ ਬੰਦੇ ਇਹ ਸਾਰੀਆਂ ਮੂਮੈਂਟਾਂ 'ਚ ਕੁਛ ਬੰਦੇ ਬਚ ਜਾਂਦੇ ਆ, ਅਸੀਂ ਉਹ 'ਚੋਂ ਬਚ ਗਏ। ਹੁਣ ਅਗਲੀ ਉਹ ਉਸ ਮਹਾਰਾਜ ਦੀ ਮਰਜ਼ੀ ਹੈ, ਜਿੱਥੇ ਆਪਾਂ ਖੜ੍ਹ ਕੇ ਇੰਟਰਵਿਊ ਕਰ ਰਹੇ ਹਾਂ। ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਇੱਕ ਚਰਨ ਛੋਹ ਪ੍ਰਾਪਤ ਬਾਉਂਡਰੀ ਹੈ ਜਿੱਥੇ ਖੜ੍ਹੇ ਹਾਂ। ਮੈਂ ਤੁਹਾਨੂੰ ਬਿਲਕੁਲ ਸੱਚੋ ਸੱਚੀ ਗੱਲ, ਕੋਈ ਅਲੱਗ ਲਵੇੜ ਨਹੀਂ ਹੈ ਜਮੇ, ਸਾਡੇ ਤੋਂ ਛੋਟੇ ਵੀ। ਪੁਲਿਸ ਇਹ ਗੱਲ ਨਹੀਂ ਸੀ ਵਹਿੰਦੀ ਵੀ ਕਿਸੇ ਦੀ ਉਮਰ ਕਿੰਨੀ ਆ, ਅਤੇ ਸਾਹਮਣੇ ਬੰਦਾ ਕਿ ਜਨਾਨੀ ਆ, ਬੱਚਾ ਕਿ ਬੁੱਢਾ, ਇਹ ਗੱਲ ਪੁਲਿਸ ਨਹੀਂ ਸੀ ਵਹਿੰਦੀ, ਕਿਸੇ ਨੂੰ ਨਹੀਂ ਬਖਸ਼ਦੀ, ਚਾਹੇ ਔਰਤ ਚਾਹੇ ਬੱਚਾ। ਨਹੀਂ ਜੀ, ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ ਸੀ ਵਹਿੰਦੀ। ਪੁਲਿਸ ਨੇ, ਜੇ ਤੁਸੀਂ ਹੈਰਾਨ ਹੋ ਜਾਓਗੇ, ਜੇ ਤੁਹਾਨੂੰ ਮੈਂ ਉਹ ਮਤਲਬ ਕਿ ਕੋਈ ਬੰਦਾ ਪੈਸੇ ਲਾ ਦੇ, ਕੋਈ ਬੰਦਾ ਇਹ 'ਤੇ ਫਿਲਮ ਬਣਾਵੇ ਜੀ,
ਤੇ ਮੈਂ ਕਹਿੰਦਾ ਵੀ ਉਹ ਜੇ ਅਸੀਂ ਅੱਜ ਜਾਉਂਦੇ ਹਾਂ ਸਾਨੂੰ ਪਤਾ ਵੀ ਕਿਵੇਂ ਕਿਵੇਂ ਹੋਇਆ, ਜੇ ਅਸੀਂ ਦੱਸੀਏ ਵੀ ਇਸ ਤਰ੍ਹਾਂ ਹੋਇਆ ਅਤੇ ਆਹ ਇੱਦਾਂ ਦਾ, ਜਾਂ ਤਾਂ ਉਹ ਓਵਰ ਹੀ ਵਿਖਾ ਦਿੰਦੇ ਨੇ ਜਾਂ ਬਿਲਕੁਲ ਨਹੀਂ ਵਿਖਾਉਂਦੇ। ਜਿਹੜੀ ਅਸਲ ਟਰੂ ਸਟੋਰੀ ਆ ਵੀ ਸਾਡੇ ਨਾਲ ਵਾਪਰਿਆ ਕੀ, ਉਹ ਕਦੇ ਸਕਰੀਨ 'ਤੇ ਨਹੀਂ ਆਇਆ। ਜੇ ਆਇਆ ਹੈ ਤਾਂ ਜਾਂ ਤਾਂ ਪੈਸੇ ਕਮਾਉਣ ਦੀ ਬਿਰਤੀ ਨਾਲ ਆ ਗਿਆ, ਜਾਂ ਫਿਰ ਉਹਨਾਂ ਕੋਲ ਤੱਥ ਹੀ ਨਹੀਂ ਸਹੀ ਪਹੁੰਚੇ ਜੀ, ਇਸ ਤੱਥ ਨਾਲ ਆ ਗਿਆ। ਚਲੋ ਇਹ ਗੱਲ ਇੱਕ ਵੱਖਰੀ ਆ, ਆਪਾਂ ਛੇੜ ਲਈ ਵਿੱਚ ਗੱਲ। ਮਾਲਵੇ ਦੇ ਵਿੱਚ ਥੋੜ੍ਹਾ ਲੇਟ ਮੂਮੈਂਟ ਆਈ ਅਤੇ ਲੇਟ ਹੀ ਖਤਮ ਹੋਈ। ਮਾਝੇ 'ਚ ਤਾਂ ਉਦੋਂ ਹੀ ਆ ਗਈ ਜਦੋਂ ਸੰਤ, ਜਦੋਂ ਇਹ ਗੱਲ ਵਾਪਰਨ ਲੱਗ ਗਈ, ਲੋਕਾਂ ਨਾਲ ਘਟਨਾਵਾਂ ਵਾਪਰਨ ਲੱਗ ਗਈਆਂ, ਜ਼ੁਲਮ ਹੋਣ ਲੱਗ ਗਏ, ਤਾਂ ਲੋਕਾਂ ਨੂੰ ਲੱਗਾ ਵੀ ਕੋਈ ਸਹਾਰਾ ਹੈ। ਜਿਹੜਾ ਬੰਦਾ ਕੋਈ ਸਿਰ ਕੱਟਦਾ ਨਾ, ਉਹਦੇ ਇਰਦ ਗਿਰਦ ਦੁਖੀ ਲੋਕ ਇਕੱਠੇ ਹੁੰਦੇ ਨੇ ਵੀ ਸਾਡੇ ਨਾਲ ਆਹ ਵਾਪਰ ਗਿਆ, ਸਾਡੇ ਨਾਲ ਆਹ ਵਾਪਰ ਗਿਆ। ਫਿਰ ਉਹ 'ਤੇ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਐਕਸ਼ਨ ਲੈਣਾ, ਉਹ ਕਈ ਵਾਰੀ ਕਿਸੇ ਤਰੀਕੇ ਦਾ, ਕਈ ਵਾਰੀ ਕਿਸੇ ਤਰੀਕੇ ਦਾ ਐਕਸ਼ਨ ਲਿਆ ਜਾਂਦਾ ਨਾ। ਸਾਡੇ ਕੋਲ ਜਦੋਂ ਫਸਟ ਟਾਈਮ ਅਸੀਂ ਇਸ ਪਾਸੇ ਤੁਰੇ ਹਾਂ ਤਾਂ ਉਦੋਂ ਸਾਡੇ ਗੁਆਂਢ ਦੇ ਵਿੱਚ ਇੱਕ ਪਿੰਡ ਆ, ਉੱਥੋਂ ਦਾ ਸਾਡੀ ਰਿਸ਼ਤੇਦਾਰੀ ਸੀ, ਉਹਨਾਂ ਦੀ ਕੁੜੀ ਦਾ ਕੋਈ ਮੈਟਰ ਸੀਗਾ ਰਿਸ਼ਤੇ ਦਾ, ਅਤੇ ਉਹਦੇ ਅੱਖ 'ਤੇ ਇੱਥੇ ਭਵੱਟੇ ਦੇ ਉੱਤੇ ਇੱਕ ਛੋਟਾ ਜਿਹਾ ਦਾਗ ਸੀ ਫੁਲਵੈਰੀ ਦਾ। ਤਾਂ ਉਹ ਕਹਿੰਦੇ ਨੇ ਵੀ, ਉਹ ਕਹਿੰਦਾ ਵੀ ਮੈਂ ਨਹੀਂ ਲੈਣਾ ਰਿਸ਼ਤਾ, ਹਾਲਾਂਕਿ ਪਹਿਲਾਂ ਵੇਖ ਕੇ ਸਾਰਾ ਕੁਛ ਕਰਕੇ ਅਤੇ ਫੇਰ ਲਿਆ। ਪੂਰੀ ਗੱਲਬਾਤ ਕਰਕੇ ਜਾਣੀ ਕਿ ਉਹ ਬੰਦੇ ਮੁੱਕਰ ਗਏ ਸੀ ਵੀ ਅਸੀਂ ਨਹੀਂ ਰਿਸ਼ਤਾ ਲੈਣਾ। ਹਾਂ, ਉਹ ਮੈਨੂੰ ਕਹਿੰਦੇ ਵੀ ਉਹ ਨਾ ਇਸ ਤਰ੍ਹਾਂ, ਵੈਸੀ ਗੱਲ ਘਰ ਚੱਲੀ। ਮੈਂ ਆਪਣਾ, ਸਾਡੇ ਕੋਲ ਮੋਟਰਸਾਈਕਲ ਹੁੰਦਾ ਸੀ ਸਜੁਕੀ, ਐਂਡ ਸਜੁਕੀ ਆਉਂਦੇ ਹੁੰਦੇ ਉਦੋਂ ਬਿਲਕੁਲ, ਅਤੇ ਸਾਡੇ ਜਿਹੜੇ ਜੱਟ ਜਿਵੇਂਦਾਰ ਅਸੀਂ ਫੁਕਰੇ ਬਹੁਤ ਸੀਗੇ, ਸਾਨੂੰ ਜਵਾਕਾਂ ਨੂੰ ਸਾਨੂੰ ਪਤਾ ਨਹੀਂ ਹੁੰਦਾ ਵੀ, ਅੱਜ ਹੁਣ ਤਾਂ ਪਤਾ ਲੱਗ ਗਿਆ ਵੀ ਜਾਤੀਵਾਦ ਇੱਕ ਵੱਖਰੀ ਗੱਲ ਹਨ, ਅੱਗੇ ਅਸੀਂ ਆਪਣੀ ਗੋਤ ਲਿਖੀ ਹੁੰਦੀ ਵਿਰਕ ਬਿਲਕੁਲ, ਤਾਂ ਉਹ ਲਿਖੀ ਲਿਖਾਈ ਔਰ ਮੋਟਰਸਾਈਕਲ ਘੱਟ ਹੁੰਦੇ ਸੀਗੇ, ਉਸੇ ਮੋਟਰਸਾਈਕਲ 'ਤੇ ਉਹਨਾਂ ਦੇ ਘਰ ਜਾ ਕੇ ਅਸੀਂ ਸਿੱਧਾ, ਅਤੇ ਮੇਰੇ ਨੇੜੇ ਪਿੰਡ ਸੀ, ਹੁਣ ਮੈਂ ਨਾਂ ਨਹੀਂ ਲਊਂਗਾ, ਚਲੋ ਧੀ ਦਾ ਮਸਲਾ ਹੈ ਨਾ। ਅਤੇ ਅਸੀਂ ਗਏ ਜੀ ਵੀ ਮਤਲਬ ਤੁਸੀਂ ਲੈ ਆਓ, ਨਹੀਂ ਤਾਂ ਫਿਰ ਦੇਖ ਲਿਓ, ਲੋਹੀਆਂ ਦੀ ਬੁੱਕਲ ਮਾਰ ਕੇ ਗਏ। ਹਾਂ ਹਾਂ ਬਿਲਕੁਲ, ਅਤੇ ਉਹ ਅਸੀਂ ਚਲੇ ਗਏ ਜੀ, ਉਹ ਹੱਥ ਜੋੜ ਕੇ ਖੜ੍ਹ ਗਏ ਵੀ ਠੀਕ ਹੈ ਲੈ ਆਵਾਂਗੇ, ਅਤੇ ਉਹ ਮਤਲਬ ਅਸੀਂ ਕਰ ਲਵਾਂਗੇ ਸਾਰਾ ਕੁਛ ਜੋ ਵੀ ਠੀਕ ਸੀਗਾ, ਉਹ ਹੋ ਗਿਆ। ਉਹ ਅਸੀਂ ਬੜੇ ਖੁਸ਼ ਵੀ ਐਂ ਵੀ ਹੋ ਗਿਆ, ਅਤੇ ਸਾਨੂੰ ਇਹ ਕੋਈ ਫਿਕਰ ਨਾ ਵੀ ਜੋ ਦੱਸ ਦੇਣਗੇ ਵੀ ਸਾਨੂੰ ਮੋਟਰਸਾਈਕਲ ਨੰਬਰ ਸਾਡਾ ਸਾਰਾ ਕੁਝ, ਪਰ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਇੰਨਾ ਪ੍ਰੈਸ਼ਰ ਸੀ ਮੂਮੈਂਟ ਦਾ, ਜਮਾਂ ਹੀ ਕੋਈ ਪਤਾ ਨਹੀਂ ਕੌਣ ਬੰਦੇ ਨੇ ਕੀ ਆ, ਪਰ ਮੋਟਰਸਾਈਕਲ 'ਤੇ ਮੈਂ ਘਰ ਲੈ ਗਿਆ ਉਹਨਾਂ ਸਿੱਧਾ। ਮੂੰਹ ਹੋਏ ਸੀ ਨਾ ਜੀ, ਨੰਗੇ ਮੂੰਹ ਬਿਲਕੁਲ। ਮੈਂ ਇੱਕ ਵਾਰੀ ਕਾਲ ਆਈ ਫੈਡਰੇਸ਼ਨ ਦੀ, ਸਾਨੂੰ ਉਦੋਂ ਪਤਾ ਨਹੀਂ ਹੁੰਦਾ ਵੀ 6 ਜੂਨ ਨੂੰ ਬੰਦ ਕਰਾਉਣੇ ਨੇ। ਮੈਂ ਪਬਲਿਕ ਸਕੂਲ ਸਮਾਣੇ ਪ੍ਰਿੰਸੀਪਲ ਦੇ ਟੇਬਲ 'ਤੇ ਪਿਸਟਲ ਰੱਖ ਕੇ ਅਤੇ ਬੰਦ ਕਰਾ ਕੇ ਆਇਆ ਜੀ। ਪਿਸਟਲ ਤੁਹਾਡੇ ਕੋਲ ਹੈਗਾ? ਹਾਂ, ਰਿਵਾਲਵਰ ਸੀਗਾ। ਤਾਂ ਮੈਂ ਇਹ ਸੋਚਣ ਡਿਆ ਹੁਣ ਵੀ ਅਸੀਂ, ਕਿੰਨੀ ਉਮਰ ਸੀ ਉਦੋਂ? 13 ਕੁ ਸਾਲ ਦਾ ਹੋਊਗਾ। 13 ਕੁ ਸਾਲ, ਹਾਂਜੀ। ਅਤੇ ਅਸੀਂ ਆਪਣੇ ਆਪ ਨੂੰ ਸਮਝਦੇ ਵੀ ਅਸੀਂ ਹੋਈ ਹਾਂ ਬਸ, ਬਾਕੀ ਹੈ ਨਹੀਂ ਕੁਛ, ਪਰ ਇੰਨਾ ਪ੍ਰੈਸ਼ਰ ਕਿ ਕੋਈ ਗੱਲ ਨਹੀਂ ਨਿਕਲੀ ਕਿਤੇ ਵੀ। ਉਸ ਤੋਂ 1.5 ਸਾਲ ਬਾਅਦ ਕਿਸੇ ਸਾਡੇ ਬੰਦੇ ਨੇ ਵਿੱਚੋਂ ਮੁਕਬਰੀ ਕਰਕੇ, ਅਗਲੀ ਗੱਲ ਜਿਹੜੀ ਫਿਰ ਆਪਾਂ ਉੱਧਰ ਆਵਾਂਗੇ, ਆਪਣੇ ਘਰ ਖਾੜਕੂ ਸਿੰਘ ਆਉਂਦੇ, ਸਾਡਾ ਡੇਰਾ ਖੇਤਾਂ 'ਚ ਸੀਗਾ, ਆਉਂਦੇ ਰਹੇ ਅਤੇ ਮੇਰਾ ਕੰਮ ਸੀਗਾ ਵੀ ਉਹਨਾਂ ਨੂੰ ਕਿਤੇ ਛੱਡ ਆਉਣਾ ਜਾਂ ਕਿਤੋਂ ਲੈ ਆਉਣਾ, ਇਦੋਂ ਵੱਧ ਮੈਨੂੰ ਕੁਛ ਪਤਾ ਨਹੀਂ। ਕਾਹਦੇ ਜਾਂਦੇ ਸਾਡੇ ਮੋਟਰਸਾਈਕਲ? ਟਰੈਕਟਰ 'ਤੇ। ਟਰੈਕਟਰ 'ਤੇ ਜਾਂਦੇ? ਟਰੈਕਟਰ ਹੁੰਦਾ ਸਾਡੇ ਕੋਲ, ਅਤੇ ਐਂ ਮਾੜਾ ਮੋਟਾ ਸੁਨੇਹਾ ਲਾ ਦੇਣਾ। ਹੌਲੀ ਹੌਲੀ ਮੈਨੂੰ ਸ਼ੌਂਕ ਬਹੁਤ ਪੈ ਗਿਆ ਬਈ, ਅਤੇ ਉਹ ਕੋਈ ਕਿਸੇ ਗੱਲ ਦਾ ਪਤਾ ਨਹੀਂ, ਬਸ ਇਹ ਇੱਕ ਖੂਨ 'ਚ ਇਹ ਗੱਲ ਸੀ ਵੀ ਬਾਗੀ ਵੀ ਇਹ ਕੋਈ ਵਧੀਆ ਗੱਲ ਆ ਜਿਹਦੇ ਲਈ ਬੰਦੇ ਮਰ ਰਹੇ ਨੇ।
ਅਤੇ ਨਾਲ ਨਾਲ ਮੇਰੇ ਅਸਲ 'ਚ ਇਸ ਪਾਸੇ ਲਿਆਉਣ ਵਾਲੇ ਜਿਹੜੇ ਮੇਨ ਪੁਆਇੰਟ ਉਹ ਮੇਰੇ ਫਾਦਰ ਸੀਗੇ। ਉਹਨਾਂ ਨੂੰ ਮੈਨੂੰ ਕਹਿਣਾ ਵੀ ਇਸ ਤਰ੍ਹਾਂ ਦਰਬਾਰ ਸਾਹਿਬ ਦੇ ਹਮਲਾ ਹੋ ਗਿਆ, ਐਂ ਹੋ ਗਿਆ, ਐਂ ਹੋ ਗਿਆ, ਮੁੰਡੇ ਤਾਂ ਤੁਰੇ ਫਿਰਦੇ ਨੇ, ਇਹਨਾਂ ਦਾ ਪਤਾ ਨਾ ਲੱਗੇ ਕਿਸੇ ਨੂੰ, ਐਂ ਸਕੂਲਿੰਗ ਜਿਹੜੀ ਕਰਦੇ ਰਹੇ ਹੋ। ਅਤੇ ਇਹ ਚੱਲਦਿਆਂ ਚੱਲਦਿਆਂ ਹੌਲੀ ਹੌਲੀ ਆਪਾਂ ਉਹਦੇ 'ਚ ਵੱਧਦੇ ਗਏ। ਇਸੇ ਚੱਲਦਿਆਂ ਚੱਲਦਿਆਂ ਭਾਈ ਸੁਖਵਿੰਦਰ ਸਿੰਘ ਸੰਘਾ ਸ਼ਹੀਦ ਹੋ ਜਾਂਦੇ ਆ, ਅਤੇ ਰਛਪਾਲ ਸਿੰਘ ਛੰਦੜਾ ਬੀ ਟੀ ਐੱਫ ਜਿਹੜੀ ਟਾਈਗਰ ਫੋਰਸ ਆਫ ਸੰਘਾ ਗਰੁੱਪ ਸੀ ਉਹਦੇ ਚੀਫ ਬਣਦੇ। ਅਤੇ ਸਾਡੇ ਇੱਥੇ ਮੀਟਿੰਗ ਸੀ, ਉਸ ਮੀਟਿੰਗ ਦੀ ਭਿਣਕ ਸਾਡੇ ਵਿੱਚੋਂ ਕਿਸੇ ਬੰਦੇ ਨੇ ਦੇਤੀ ਗਰੇਵਾਲ ਨੂੰ, ਦੇਤੀ ਸੁਰਜੀਤ ਸਿੰਘ ਨੂੰ, ਅਤੇ ਘੇਰਾ ਪੈ ਗਿਆ। ਬਾਕੀ ਬੰਦੇ ਕਿਸੇ ਗੱਲ ਕਰਕੇ, ਹੁਣ ਲੰਮੀ ਸਟੋਰੀ ਹੈ, ਕਿਸੇ ਗੱਲ ਕਰਕੇ ਸਾਨੂੰ ਪਤਾ ਲੱਗ ਗਿਆ ਵੀ ਇੱਦਾਂ ਗੱਲ ਲੀਕ ਹੋ ਗਈ। ਬਾਕੀ ਬੰਦੇ ਕੱਢਣ 'ਚ ਆਪਾਂ ਕਾਮਯਾਬ ਹੋ ਗਏ, ਇੱਕ ਬੰਦਾ ਜਿਹੜਾ ਸੀਗਾ ਦੋ ਉਹਨਾਂ ਨੂੰ ਅਸੀਂ ਡੱਕ ਨਹੀਂ ਸਕੇ, ਉਹ ਆ ਗਏ। ਆ ਗਏ ਤਾਂ ਮੁਕਾਬਲਾ ਸ਼ੁਰੂ ਹੋ ਗਿਆ, ਇੱਕ ਮੁੰਡਾ ਉੱਥੇ ਸ਼ਹੀਦ ਹੋ ਗਿਆ। ਘਰ ਕਿੰਨਾ ਸਮਾਂ ਚੱਲਿਆ ਮੁਕਾਬਲਾ ਫਿਰ ਆਹਮੋ ਸਾਹਮਣੇ ਦਾ? ਇਹ ਹੁਣ ਯਾਨੀ ਕਿ ਅਸੀਂ ਤਾਂ ਉਹਨੂੰ ਸੁਣਿਆ ਬਾਹਰ ਗੋਲੀ ਚੱਲਦੀ ਰਹੀ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਉਹਨਾਂ ਗੋਲੀ ਬੰਦ ਨਹੀਂ ਕੀਤੀ। ਹਾਂਜੀ ਹਾਂਜੀ, ਉਹਨਾਂ ਬੰਦ ਹੀ ਨਹੀਂ ਕੀਤੀ। ਮੈਂ ਬਿਲਕੁਲ 3 ਕੁ ਕਿਲੋਮੀਟਰ ਅਤੇ 2 ਕਿਲੋਮੀਟਰ 'ਤੇ ਦੂਰ ਸੀਗਾ ਇਹਨਾਂ ਨੂੰ ਮੈਂ ਕਿਤੇ ਛੱਡ ਕੇ, ਅਤੇ ਵਾਪਸ ਜਦੋਂ ਗੋਲੀ ਚੱਲਦੀ ਵੇਖੀ ਮੈਂ ਕਿਹਾ ਵੀ ਇਹ ਤਾਂ ਆਪਣੇ ਘਰ ਚੱਲ ਰਹੀ। ਉਹ ਮੀਟਿੰਗ ਦੇ ਵਿੱਚ ਸੀ ਜਿਹੜੇ ਬੰਦੇ ਨੇ ਉਹ ਗੁਦਾਰੀ ਕੀਤੀ, ਜਾਣਕਾਰੀ ਦਿੱਤੀ ਮੁੱਖ? ਨਹੀਂ, ਉਹ ਆਇਆ ਨਹੀਂ, ਪਰ ਉਹਨੂੰ ਇਨਫੋਰਮੇਸ਼ਨ ਮਿਲੀ ਵੀ ਅੱਜ ਇੱਥੇ ਬੰਦੇ ਇਕੱਠੇ ਹੋਏ। ਉਹ ਦੂਰ ਹੋ ਗਿਆ ਮੀਟਿੰਗ ਤੋਂ? ਹਾਂਜੀ, ਉਹ ਮਾਰਤਾ ਸੀ ਬਾਅਦ 'ਚ ਆਪਣੇ ਬੰਦਿਆਂ ਨੇ, ਮਾਰ ਦਿੱਤਾ ਸੀ। ਸਮਾਣੇ ਦੇ ਕੋਲ ਹੀ ਪਿੰਡ ਸੀਗਾ ਬਾਈ ਨੇ ਵੀ, ਮੈਂ ਕਹਿ ਦਾਂਗਾ ਉਹ ਸ਼ਾਹਪੁਰ ਮਵੀ ਪਿੰਡ ਆ ਪਾਤੜਾਂ ਰੋਡ ਦੇ ਉੱਤੇ, ਉੱਥੋਂ ਦਾ ਮੁੰਡਾ ਸੀਗਾ। ਚਲੋ, ਇਹ ਇਸ ਤੋਂ ਫਿਰ ਮੇਰੀ ਕਹਾਣੀ ਸ਼ੁਰੂ ਹੁੰਦੀ ਹੈ ਇਸ ਮੁਕਾਬਲੇ ਤੋਂ ਬਾਅਦ। ਫਿਰ ਉਹਨਾਂ ਨੇ ਮੇਰੇ ਪਿਤਾ ਜੀ ਨੂੰ, ਮੇਰੀ ਸਿਸਟਰ ਨੂੰ, ਮਾਤਾ ਨੂੰ, ਭਰਜਾਈ ਨੂੰ, ਸਾਰਿਆਂ ਨੂੰ ਹੀ ਬਹੁਤ ਭੈੜੇ ਤਰੀਕੇ ਨਾਲ ਬੇਇੱਜ਼ਤ ਵੀ ਕੀਤਾ ਅਤੇ ਟੌਰਚਰ ਵੀ ਕੀਤਾ। ਅਤੇ ਮੈਂ ਹੁਣ ਘਰ ਹੈ ਹੀ ਨਹੀਂ ਸੀ, ਮੈਂ ਉਹਨਾਂ ਦੇ ਨਾਲ ਹੀ ਨਿਕਲ ਗਿਆ। ਅਤੇ ਮੈਨੂੰ ਕੀ ਹੋਇਆ ਕਿ ਸਾਡੀ ਕੋਈ ਪ੍ਰੋਬਲਮ ਆ ਗਈ ਬਹੁਤ ਮੇਜਰ। ਮੈਨੂੰ ਸੁਨੇਹਾ ਆਇਆ ਆਪਣੇ ਬੰਦਿਆਂ ਦਾ ਵੀ ਤੁਸੀਂ ਕੁਛ ਚਿਰ ਅਜੇ ਟਾਈਮ ਕੱਢੋ ਜਿਵੇਂ ਮਰਜ਼ੀ। ਅਤੇ ਮੈਨੂੰ ਦੁਖ ਨਿਵਾਰਨ ਸਾਹਿਬ ਇੱਥੇ ਕੋਈ ਬੰਦਾ ਮਿਲਿਆ, ਮੈਂ ਉਹਨਾਂ ਨੂੰ ਦੱਸਿਆ ਅਤੇ ਮੈਂ ਵਾਪਸ ਆ ਗਿਆ। ਅਸੀਂ ਉਹਨਾਂ ਨੇ ਸਾਨੂੰ ਪੈਸੇ ਭੇਜੇ ਆਪਣੇ ਸਿੰਘਾਂ ਨੇ, ਕੁਛ ਉਹਨਾਂ ਨੇ ਭੇਜੇ ਅਤੇ ਕੁਛ ਅਸੀਂ ਥੋੜ੍ਹੇ ਦਿਨ ਪਹਿਲਾਂ ਟਰੈਕਟਰ ਵੇਚਿਆ ਸੀ। ਵਿਆਹ ਕਰਨਾ ਸੀ ਕੁੜੀ ਦਾ, ਸਾਨੂੰ ਲੱਗਦਾ ਸੀ ਵੀ ਸਾਡਾ ਕੰਮ ਖਰਾਬ ਹੋ ਸਕਦਾ ਹੈ। ਤੁਹਾਨੂੰ ਐਸੀ ਵੀ ਪਹਿਲਾਂ ਪਹਿਲਾਂ ਭੈਣ ਦਾ ਵਿਆਹ ਕਰ ਦਈਏ, ਅਤੇ ਉਹ 1,00,000 ਰੁਪਏ ਦਾ ਕਿ 95,000 ਦਾ ਟਰੈਕਟਰ ਵਿਕਿਆ ਅਤੇ 1,00,000 ਰੁਪਈਆ ਸਾਨੂੰ ਇਹਨਾਂ ਨੇ ਭੇਜਿਆ। 2.25 ਲੱਖ ਰੁਪਈਆ ਸੀ ਕਿਸੇ ਪੁਲਿਸ ਦੇ ਨਾਲ ਜਿਹਦੀਆਂ ਗੰਢ ਤੋਂ ਹੁੰਦੀਆਂ ਲੋਕਾਂ ਦੀਆਂ, ਉਹਨਾਂ ਰਾਹੀਂ ਮੈਂ ਪੇਸ਼ ਹੋ ਗਿਆ। ਮੈਨੂੰ ਕਹਿੰਦੇ ਵੀ ਡੈਡੀ ਨੂੰ ਜੇਲ੍ਹ ਭੇਜ ਦਿੱਤਾ ਆ, ਅਤੇ ਉਹ ਜਵਾਕ ਹੈਗਾ ਤੈਨੂੰ ਕੀ ਕਹਿਣਾ ਕਿਸੇ ਨੇ। ਅਤੇ ਉਹ ਪੈਸੇ ਭਰੇ ਹੋਣ ਕਰਕੇ ਮੈਂ ਜੇਲ੍ਹ ਚਲੇ ਗਿਆ। ਜਦੋਂ ਮੈਂ ਜੇਲ੍ਹ ਗਿਆ ਜੀ, ਉੱਥੇ ਮੇਰੇ ਤੋਂ ਜਿਹੜੀ ਗਲਤੀ ਹੋਈ ਵੀ ਮੈਨੂੰ ਜੇਲ੍ਹ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉੱਥੇ ਜਾ ਕੇ ਮੈਂ ਕੁਛ ਗੱਲਾਂ ਕਰ ਦਿੱਤੀਆਂ ਵੀ ਅਸੀਂ ਆਹ ਚੀਜ਼ਾਂ ਕਰਦੇ ਰਹੇ ਜਾਂ ਮੇਰੇ ਕੋਲ ਹੈਗਾ ਕੁਛ ਇੱਦਾਂ ਦੀ ਹੈਗਾ। ਉਮਰ ਵੀ ਥੋੜ੍ਹੀ ਜਿਹੀ ਨਿਆਣੀ ਸੀ, ਤਜਰਬਾ ਨਹੀਂ ਸੀ, ਤਜਰਬਾ ਨਹੀਂ ਸੀ ਬਿਲਕੁਲ ਵੀ ਜੇਲ੍ਹ ਵੀ ਇੱਦਾਂ ਦੀ ਕਿਹੜਾ ਪੰਗੜ ਗਿਆ ਸੀ। ਹੁਣ ਉੱਥੋਂ ਮੇਰੀ ਜ਼ਮਾਨਤ ਹੋ ਗਈ, ਜ਼ਮਾਨਤ ਹੋ ਗਈ, ਜ਼ਮਾਨਤ ਵੀ ਲਾਈ ਤਾਂ 1 ਤਰੀਕ 'ਤੇ ਜ਼ਮਾਨਤ ਹੋਈ। ਇਹ ਵੀ ਬੜੀ ਅਜੀਬ, ਮੈਨੂੰ ਹੁਣ ਪਤਾ ਲੱਗਦਾ ਵੀ ਪੁਲਿਸ ਨੇ ਹੀ ਕਿਹਾ ਹੋਣਾ ਵੀ ਆਉਣ ਦੇ ਨੂੰ ਬਾਹਰ। ਹਾਂ, ਮੇਰੀ ਜ਼ਮਾਨਤ ਦੇ ਪੂਰਾ ਜਾਲ ਵਸਾ ਲਿਆ ਸੀ। ਹਾਂ, ਮੈਂ ਆ ਗਿਆ ਜੀ, ਅਤੇ ਮੈਂ ਸ਼ਾਮ ਨੂੰ ਮਤਲਬ ਘਰ ਆ ਗਿਆ ਦਿਨੇ, ਅਤੇ ਰਾਤ ਨੂੰ ਅਸੀਂ ਕਣਕ ਘੇਰ ਰਹੇ ਸੀ, ਅਤੇ ਸਵੇਰੇ 3:45 ਨਾਲ ਮੈਂ ਚਾਹ ਬਣਾਉਣ ਗਿਆ। ਮੇਰੀ ਬੇਟੀ ਹੋਈ ਸੀ ਭਰਾ ਦੇ, ਅਤੇ ਮੈਂ ਉਹਨੂੰ ਉਠਾਇਆ ਨਹੀਂ, ਮੈਂ ਚਾਹ ਬਣਾਉਣ ਲੱਗ ਗਿਆ। ਇੰਨੇ 'ਚ ਹੀ ਪੁਲਿਸ ਨੇ ਘੇਰ ਲਿਆ, ਅਤੇ ਤੁਸੀਂ ਵੇਖੋ ਮੈਨੂੰ ਆ ਕੇ ਉਹ ਕਹਿੰਦੇ ਨੇ ਵੀ ਬਾਬੇ ਬਖਸ਼ੀਸ਼ ਦਾ ਘਰ ਡੇਰਾ ਕਿਹੜਾ ਹੈ, ਮੈਨੂੰ ਪੁੱਛਿਆ ਉਹਨਾਂ ਨੇ।
ਤੇ ਮੇਰੇ ਤੋਂ ਇਹ ਨਹੀਂ ਕਿਹਾ ਗਿਆ ਹੈਗਾ ਵੀ ਇਹ ਉਹਨਾਂ ਦਾ ਘਰ ਨਹੀਂ ਹੈਗਾ ਜਾਂ ਉਹ ਘਰ ਨਹੀਂ ਹੈਗੇ, ਥੋਤੋਂ ਹੀ ਆ ਕੇ ਪੁੱਛਦੀ ਹੈ ਪੁਲਿਸ। ਹਾਂ, ਮੈਂ ਕਿਹਾ ਮੈਂ ਹੀ ਹਾਂ ਜੀ, ਮੈਂ ਬਿਠਾ ਲਿਆ। ਕਹਿੰਦੇ ਆ ਜਾ ਤੈਨੂੰ ਤੂੰ ਹੀ ਚਾਹੀਦਾ। ਹਾਂ, ਨਾ ਬਿਠਾ ਲਿਆ ਘਰੇ ਉੱਥੇ ਮੰਜੇ ਦੇ। ਉਹ ਦਿਨ ਚੜ੍ਹੇ ਦੀ ਵੇਟ ਕਰਦੇ ਰਹੇ, ਉਸ ਤੋਂ ਬਾਅਦ ਉਹਨਾਂ ਘਰ ਦੀ ਤਲਾਸ਼ੀ ਕੀਤੀ। ਤਲਾਸ਼ੀ ਲੈਣ ਤੋਂ ਬਾਅਦ ਉਹਨਾਂ ਨੇ ਮੈਨੂੰ ਗੱਡੀ 'ਚ ਬਿਠਾ ਲਿਆ। ਜਦੋਂ ਮੈਂ ਗੱਡੀ 'ਚ ਬੈਠਾ, ਸਾਡੇ ਇੱਕ ਮੁੰਡਾ ਸ਼ਹੀਦ ਹੋਇਆ ਰਾਜਲੇ ਤੋਂ, ਉਹਦੇ ਮਾਤਾ ਅਤੇ ਪਿਤਾ ਵਿੱਚ ਸੀਗੇ। ਤਲਾਸ਼ੀ ਦੌਰਾਨ ਫਿਰ ਕਿਹੜੀ ਕਿਹੜੀ ਚੀਜ਼ਾਂ ਲੈ ਕੇ ਗਏ ਕੁਛ ਨਾਲ? ਨਹੀਂ, ਕੁਛ ਨਹੀਂ ਲੱਗਿਆ, ਹੈ ਕੁਛ ਵੀ ਨਹੀਂ ਸੀ, ਜਮੀ ਕੋਈ ਚੀਜ਼ ਨਹੀਂ। ਅਤੇ ਮੈਨੂੰ ਜਦੋਂ ਇਹਨਾਂ ਨੂੰ ਜਿਹੜੀ ਚੀਜ਼ ਲੈਣ ਜਾਂਦੇ ਨੂੰ ਮਿਲ ਜਾਂਦੀ ਹੈ ਨਾ, ਉਦੋਂ ਬਾਅਦ ਇਹ ਗੌਰ ਨਹੀਂ ਕਰਦੇ ਕਿਸੇ ਵੀ ਚੀਜ਼ ਦੀ। ਇਹ ਪੁਲਿਸ ਦਾ ਤਰੀਕਾ ਹੁੰਦਾ ਇੱਕ, ਵੈਸੇ ਵੀ ਜੋ ਆਹ ਚੀਜ਼ ਲੈਣ ਮਿਲ ਗਈ ਤਾਂ ਵਾਪਸ। ਉਹ ਮੈਨੂੰ ਵਿਚਾਰੇ ਨੇ ਸਿਰ ਫੇਰਿਆ ਵੀ ਤੂੰ ਕਿੱਥੇ ਆ ਗਿਆ ਕਾਬੂ, ਅਤੇ ਮੈਨੂੰ ਥੋੜ੍ਹਾ ਜਿਹਾ ਲੱਗਾ ਵੀ ਕੋਈ ਗਲਤ ਹੋ ਗਿਆ ਕੱਲ੍ਹ, ਹੈ ਨਾ, ਪਰ ਅਸੀਂ ਬੋਲ ਨਹੀਂ ਸਕੇ ਆਪੇ 'ਚ। ਮੈਨੂੰ CI ਲੈਂਦਾ ਜੀ, CI ਲੈਂਦਾ ਪਟਿਆਲੇ। ਹਾਂਜੀ ਹਾਂਜੀ, ਇੱਥੇ ਕਿਸੇ 'ਤੇ ਬੰਬ ਬਲਾਸਟ ਹੋਇਆ ਸੀ ਕਿਸੇ ਅਫਸਰ ਦੇ ਉੱਤੇ, ਅਤੇ ਭਾਈ ਅਮਰੀਕ ਸਿੰਘ ਕੌਲੀ ਅਤੇ ਹੋਰ ਇੱਥੇ ਸਿੰਘਾਂ ਦੇ ਦਹੇੜੇ ਹੋਣਾ ਦਾ ਇੱਥੇ ਪਰਿਵਾਰ ਫੜਿਆ ਸੀ ਬਹੁਤ। ਤੀਜੇ ਦਿਨ ਮੇਰੀ ਵਾਰੀ ਆਈ ਜੀ, ਤੀਜੇ ਦਿਨ ਮੈਨੂੰ ਆਵਾਜ਼ ਵੱਜੀ, ਬੈੱਲ ਵੱਜੀ, ਬਾਬਾ ਬਖਸ਼ੀ ਕੌਣ ਆ। ਤੀਜੇ ਦਿਨ ਕਿਵੇਂ ਆਈ ਵਾਰੀ ਵੀ ਬੰਦੇ ਇੰਨੇ ਫੜੇ ਹੋਏ? ਇੰਨੇ ਫੜੇ ਹੋਏ ਸਿੱਖ ਪਰਿਵਾਰ? ਹਾਂਜੀ ਹਾਂ ਬਿਲਕੁਲ, 200 ਤੋਂ ਉੱਤੇ ਲੈਣ ਲਈ ਹੁੰਦੀ ਸੀ ਵੀ ਹੌਲੀ ਹੌਲੀ ਵਾਰੀ ਆਉਂਦੀ ਸੀ। ਮੈਂ 200 ਜਿਹੜੇ ਖਾੜਕੂ ਫੜੇ ਸੀ, ਜਿਹੜੇ ਰਿਸ਼ਤੇਦਾਰ ਫੜੇ ਸੀ, ਉਹ ਕਰੀਬੀ ਸੀ ਜਿਹੜੇ ਰਿਸ਼ਤੇਦਾਰ, ਕਿਹਦੀ ਪੁੱਛਗਿੱਛ ਕਰ ਕਿਸੇ ਨੂੰ, ਕੁੱਟ ਕਿਸੇ ਨੂੰ ਪੁੱਛ ਕੋਈ, ਜੋ ਵੀ ਆ ਗਏ ਵੀ ਲਿਆਓ ਜੀ। ਮੈਨੂੰ ਕਹਿੰਦੇ ਆ ਜਾ ਬਾਂਹ, ਉਹ ਨਾ ਬੜੇ ਭੈੜੇ ਤਰੀਕੇ ਨਾਲ ਬਾਂਹ ਫੜਦੇ ਆ, ਖਿੱਚ ਕੇ ਲੈ ਗਏ, ਹੈ ਨਾ, ਅਤੇ ਮੈਨੂੰ ਲੱਗਾ ਵੀ ਕੁਛ ਗਲਤ ਹੋ ਗਿਆ, ਹੈ ਨਾ। CI ਜਾ ਕੇ ਮੈਨੂੰ ਪਤਾ ਲੱਗ ਗਿਆ, ਜਦੋਂ 2 ਦਿਨ ਮੈਨੂੰ ਕੁਛ ਨਹੀਂ ਹੋਇਆ, ਮੈਂ ਕਿਹਾ ਸ਼ਾਇਦ ਮੈਨੂੰ ਛੱਡ ਛੁੱਟ ਦੇਣ, ਇੱਦਾਂ ਮਨ 'ਚ ਸੀਗਾ। ਪਰ ਮੈਂ ਉੱਥੇ ਨਾਮ ਜਪ ਦੇ ਪਾਠ ਜੋ ਵੀ ਸੀਗਾ, ਔਖੇ ਸਮੇਂ ਜਿਹੜੀ ਗੱਲ ਹੁੰਦੀ ਹੈ ਨਾ, ਉਹ ਤੁਹਾਨੂੰ ਪਤਾ ਹੀ ਨਹੀਂ ਸੀ ਇਹਨਾਂ ਗੱਲਾਂ ਦਾ। ਫਿਰ ਜਦੋਂ ਮੈਨੂੰ ਉਹਨਾਂ ਨੇ ਬੁਲਾਇਆ, ਟਾਈਮ ਸੀਗਾ ਸ਼ਾਇਦ ਕੋਈ 3 ਵਜੇ ਦਾ ਸ਼ਾਮ ਜੀ, ਬਾਬਾ ਬਖਸ਼ੀ ਆਉਣਾ ਹੋਏ, ਮੈਂ ਜੀ ਆਇਆ ਬਾਂਹ ਤੋਂ ਫੜ ਕੇ, ਖਿੱਚ ਕੇ ਨਾ ਜਿੱਦਾਂ ਤੇਜ਼ ਖਿੱਚ ਕੇ ਲਾਈਦਾ ਬੰਦਾ, ਲੈ ਗਿਆ ਜਾਣ ਸਾਰ। ਉੱਥੇ 3-4 ਬੰਦੇ ਬੈਠੇ ਸੀ, ਜਿਨ੍ਹਾਂ 'ਚੋਂ ਮੈਂ ਇੱਕ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਉਹ ਸੰਤ ਕੁਮਾਰ ਭਾਂਬਰੀ ਸੀਗਾ ਜਿਹੜਾ CA ਦਾ ਇੰਚਾਰਜ ਸੀ। ਇੰਚਾਰਜ ਸੀ, ਕਹਿੰਦਾ ਕੱਪੜੇ ਲਾ ਦਿਓ। ਮੈਂ ਖੜਾ, ਮੈਂ ਲਾ ਤੇ, ਕਹਿੰਦੇ ਡੰਡ ਬੈਠਕਾ ਮਾਰੋ, ਅਲਫਨੰਗਾ ਕਰ ਲਿਆ। ਹਾਂਜੀ ਹਾਂ, ਅਤੇ ਮੈਂ ਖਲੋਤਾ, ਮੈਂ ਕਰ ਰਿਹਾ, ਉਹਨੇ ਚਪੇੜ ਮਾਰੀ ਮੇਰੇ। ਮੈਂ ਦਿਮਾਗ ਸੋਚੀ ਨਾ ਵੀ ਮੈਂ ਜਵਾਕ ਹਾਂ, ਸ਼ਾਇਦ ਮੈਨੂੰ ਇੱਥੋਂ ਤੱਕ ਹੀ ਗੱਲ ਰਹੂਗੀ, ਹੈ ਨਾ, ਬੈਠਕਾਉਣ ਚਾਲ ਚਪੇੜਾ ਮਾਰ ਲੈਣੇ। ਕਿੰਨੇ ਸਾਲ ਦੀ ਉਮਰ ਸੀ ਉਦੋਂ? ਬਸ 14 ਕੁ ਸਾਲ। 14 ਕੁ ਸਾਲ ਅਤੇ ਬਸ ਉਹ ਮੈਨੂੰ ਬਾਅਦ 'ਚ ਫਿਰ ਪਤਾ ਲੱਗਾ ਵੀ ਕੋਈ ਤਰੀਕਾ ਸੀ ਕਿ ਉਹ ਗਰਮ ਕਰਦੇ ਸਰੀਰ ਨੂੰ। ਬਸ ਫਿਰ ਉਹ ਦੌਰ ਸ਼ੁਰੂ ਹੋਇਆ ਜੀ, ਜਿਹੜਾ ਪਹਿਲੀ ਜਦੋਂ ਅਨਟੈਰਵਰਡ ਕੀਤੀ, ਜਦੋਂ ਉਹਨੇ ਚੱਡੇ ਪਾੜੇ ਮੇਰੇ। ਉਦੋਂ ਬਾਅਦ ਤਾਂ ਮੈਨੂੰ ਫਸਟ ਜਿਹੜੀ ਕੁੱਟ ਸੀ, ਮੈਨੂੰ ਬੁਖਾਰ, ਫਿਰ ਮੇਰਾ ਬੁਖਾਰ ਨਹੀਂ ਉਤਰਿਆ ਕਈ ਦਿਨ ਜੀ। ਕਿਵੇਂ ਪਾੜਦੇ ਨੇ ਫਿਰ ਚੱਡੇ? ਕਿਵੇਂ ਤੁਸੀਂ ਇਹ ਦਿੰਦੀ ਆ ਚੱਡੇ? ਇਹ ਇਸ ਤਰ੍ਹਾਂ ਜ਼ਮੀਨ 'ਤੇ ਐਂ ਬਿਠਾ ਲੈਂਦੇ ਇੱਦਾਂ, ਅਤੇ ਆ ਲੱਤਾਂ ਜਿਹੜੀਆਂ ਨੇ, ਦੋ ਬੰਦੇ ਇੱਧਰੋਂ ਫੜਦੇ ਨੇ, ਦੋ ਇੱਧਰੋਂ, ਅਤੇ ਜਿਹੜੀ ਗੋਡੇ ਦੀ ਚੱਪਣੀ ਆ ਇਹਦੇ ਉੱਤੇ ਹੱਥ ਰੱਖ ਲੈਂਦੇ ਨੇ, ਇਹ ਉਤਾਰਾ ਉੱਠੇ ਇੱਦਾਂ, ਇਹਦੇ ਉੱਤੇ ਇਹਨੂੰ ਦੱਬ ਲੈਂਦੇ ਜ਼ੋਰ ਨਾਲ, ਅਤੇ ਇੱਕ ਲੱਤ ਐਂ ਐਂ ਖਿੱਚੀ ਹੁੰਦੇ ਇੱਦਾਂ, ਉਹ ਬਰਾਬਰ ਖਿੱਚਦੇ ਦੋਨੋਂ ਪਾਸੇ, ਅਤੇ ਜਿਹੜਾ ਪਿੱਛੇ ਬੰਦਾ ਹੁੰਦਾ ਇੱਕ, ਬਾਹਾਂ ਐਂ ਬੰਨ ਲੈਂਦੇ ਇਸ ਤਰ੍ਹਾਂ, ਅਤੇ ਇੱਥੇ ਉਹਨਾਂ ਨੇ ਤੁਹਾਡੇ ਆਹ ਪੈਰ ਲਾ ਲੈਣਾ, ਇੱਥੇ ਪਿਛਲੇ ਪਾਸੇ ਪੈਰ ਲਾ ਕੇ, ਅਤੇ ਜਿਹੜਾ ਕੇਸ ਨੇ ਉਹਨਾਂ ਨੇ ਐਂ ਫੜ ਲੈਣਾ ਤੁਹਾਡੇ ਪਿੱਛੇ, ਅਤੇ ਲੱਕ ਦੇ ਵਿੱਚ ਗੋਡਾ ਲਾ ਲੈਣਾ, ਐਂ ਪੈਰ ਰੱਖ ਕੇ ਐਂ ਗੋਡਾ ਲਾਉਣਾ ਇਸ ਤਰ੍ਹਾਂ।
ਫਿਰ ਉਹ ਚੱਡੇ ਪਾੜਨੇ, ਚੱਡੇ ਪਾੜ ਕੇ ਫਿਰ ਜਦੋਂ ਇੱਥੇ ਲੈ ਆਉਂਦੇ ਆ ਬਰਾਬਰ ਬਿਲਕੁਲ ਇੱਥੇ, ਬੰਦੇ ਦੀ ਤਾਂ ਆਵਾਜ਼ ਹੀ ਨਿਕਲਦੀ, ਹੋਰ ਕੁਛ ਨਹੀਂ ਬੋਲ ਪਾਉਂਦਾ। ਇਸੇ ਪੁਜੀਸ਼ਨ 'ਚ ਫਿਰ ਉਹ ਕਰੰਟ ਲਾਉਂਦੇ। ਕਿੱਥੇ ਕਿੱਥੇ ਕਰੰਟ ਲਾਏ ਆ? ਪਹਿਲਾਂ ਸ਼ੁਰੂ ਕਰਦੇ ਨੇ ਕੰਨਾਂ ਤੋਂ ਜੀ, ਚੁੰਡੀਆਂ ਹੁੰਦੀਆਂ ਜਿੱਦਾਂ ਦੀਆਂ ਬੈਟਰੀ ਵਾਲੀਆਂ ਹੁੰਦੀਆਂ, ਇੱਥੇ ਲਾਉਂਦੇ, ਇਸ ਤੋਂ ਬਾਅਦ ਫਿਰ ਇੱਥੇ ਲਾਉਂਦੇ ਨਿਪਲਾਂ 'ਤੇ, ਫਿਰ ਉਹ ਨੀਚੇ ਗੁਪਤੰਗਾਂ 'ਤੇ ਲਾਉਂਦੇ। ਗੁਪਤੰਗਾਂ 'ਤੇ ਵੀ ਕਰੰਟ? ਹਾਂਜੀ ਹਾਂ, ਲਾਉਂਦੇ ਲਾਉਂਦੇ ਬਿਲਕੁਲ, ਜਿਨ੍ਹਾਂ ਨੂੰ ਪਤਾ, ਜਿਨ੍ਹਾਂ ਨੇ ਕੁੱਟ ਖਾਧੀ ਉਹਨਾਂ ਨੂੰ ਪਤਾ ਕਿਵੇਂ ਲਾਉਂਦੇ ਆ। ਅਤੇ ਇਸ ਦੇ ਦੌਰਾਨ ਜਿਹੜੀ ਇੱਕ ਹੋਰ ਖਤਰਨਾਕ ਖੇਡ ਖੇਡਦੇ ਨੇ, ਇੱਕ ਉਹ ਚਪੇੜਾ ਮਾਰਦੇ, ਇੱਕ ਫਿਰ ਇਹਨਾਂ ਥਾਵਾਂ 'ਤੇ ਉਹ ਅੱਡੀਆਂ ਮਾਰਦੇ, ਇੱਦਾਂ ਇੱਦਾਂ ਗੁਪਤੰਗਾਂ ਦੇ ਕੋਲ ਕੋਲ ਬਿਲਕੁਲ ਜਾ ਕੇ ਜੜ੍ਹਾਂ 'ਚ ਇੱਥੇ ਅੱਡੀਆਂ ਮਾਰਦੇ ਐਂ ਜ਼ੋਰ ਜ਼ੋਰ ਨਾਲ। ਉਹ ਬਹੁਤ ਅਸਹਿ ਹੁੰਦੀ ਹੈ ਗੱਲ। ਅਤੇ ਫਿਰ ਉਹ ਕੀ ਕਰਦੇ ਨੇ ਕਿ ਪੂਰਾ ਰਹਿਮ ਨਹੀਂ ਕੀਤਾ ਉਮਰ ਤੁਹਾਡੀ ਕੁਛ ਨਹੀਂ, ਨਹੀਂ ਉਹ ਤਾਂ ਉਹ ਜਿਹੜੀ ਟੀਮ ਹੁੰਦੀ ਹੈ ਨਾ ਜੀ, ਉਹ 'ਚ ਇੱਕ ਜਲਾਦ ਟਾਈਪ ਟੀਮ ਹੁੰਦੀ ਹੈ। ਬਹੁਤੀ ਵਾਰੀ ਤਾਂ ਸ਼ਾਮ, ਬਹੁਤੀ ਵਾਰੀ ਤਾਂ ਦਾਰੂ ਪੀਤੀ ਹੁੰਦੀ ਸੀ ਉਹਨਾਂ ਨੇ, ਅਤੇ ਉਹ ਸਾਨੂੰ ਕਦੀ ਬੰਦੇ ਦਿਸੇ ਵੀ ਨਹੀਂ ਬਾਅਦ 'ਚ ਵੀ, ਕਦੀ ਅਸੀਂ ਉਹਨਾਂ ਨੂੰ ਵੇਖਿਆ ਨਹੀਂ, ਪਹਿਚਾਣ ਨਹੀਂ ਉਹਨਾਂ ਦੀ, ਵੀ ਆਹ ਬੰਦੇ ਸੀਗੇ ਜਿਹੜੇ ਇੰਟੈਰੋਗੇਟਰ ਸੀ। ਆਮ ਸੀ ਏਜ 'ਚ ਮਾੜਾ ਮੋਟਾ ਹੁੰਦੇ ਨੇ, ਪਰ ਉਹ ਲੈਵਲ ਦੇ ਕਦੀ ਸਾਨੂੰ ਅਸੀਂ ਵੇਖੇ ਨਹੀਂ ਕਦੀ ਬੰਦੇ। ਉਹ ਫਿਰ ਐਂ ਤੁਸੀਂ, ਮੈਂ ਪਿੱਛੇ ਕਰਦਾ ਇੱਥੋਂ ਐਂ ਹੱਥ ਆਹ ਬੰਨ ਲੈਂਦੇ, ਇੱਥੋਂ ਫਿਰ ਉਹ ਐਂ ਰੱਸਾ ਪਾ ਕੇ ਐਂ, ਇੱਥੋਂ ਆਹ ਜਿਹੜਾ ਪੁੱਠਾ ਟੰਗਾ ਤਰੀਕਾ ਆਹ ਆ, ਇੱਥੋਂ ਫਿਰ ਬਾਹਾਂ ਜਿਹੜੀਆਂ ਨੇ ਉਹ ਚੁੱਕੀ ਜਾਂਦੇ ਪਿੱਛੇ, ਅਤੇ ਬੰਦਾ ਲਮਕ ਜਾਂਦਾ। ਠੀਕ ਹੈ, ਉਸ ਪੁਜੀਸ਼ਨ 'ਚ ਵੀ ਉਹ ਪੈਰਾਂ 'ਤੇ ਵੀ ਡਾਂਗਾ ਮਾਰਦੇ ਤਲੀਆਂ 'ਤੇ, ਉੱਥੇ ਪੁੱਛਦੇ ਬੰਦੇ ਨੂੰ। ਉਹ ਪੁਜੀਸ਼ਨ 'ਚ ਮੈਂ ਇੱਕ ਦਿਨ ਟੰਗਿਆ ਰਹਿ ਗਿਆ ਜੀ, ਰਾਤ ਨੂੰ ਪੂਰੀ ਰਾਤ ਅਲਫ ਨੰਗਾ ਟੰਗਿਆ ਰਹਿ ਗਿਆ, ਰਾਤ ਨਹੀਂ ਸਾਰੀ, ਉਹ ਕੁਛ ਚਿਰ ਯਾਨੀ ਕਿ ਬੇਹੋਸ਼ ਹੋ ਗਿਆ ਮੈਂ ਕੁਛ ਚਿਰ, ਉਹ ਸੋਢੀ ਸੋਢੀ ਮਿਲਾਜ਼ਮ ਲੰਘਿਆ ਅਤੇ ਉਹਦੇ ਉਹ ਵੱਜ ਗਿਆ ਮੇਰੇ ਨਾਲ। ਉਹ ਫਿਰ ਅਗਲੇ ਦਿਨ ਦੱਸਦੇ ਸਾਨੂੰ ਰਾਤ ਨੂੰ ਉਹਦੀ ਡਿਊਟੀ ਨੂੰ, ਫਿਰ ਇਹਨਾਂ ਨੂੰ ਲਾਇਆ ਉੱਤੋਂ, ਫਿਰ ਇਹ ਪਾਣੀ ਪੂਣੀ ਗਰਮ ਪਾਉਂਦੇ ਰਹੇ ਉੱਤੇ, ਜਾਂ ਹੋਰ ਜੋ ਵੀ ਡਾਕਟਰ ਵੀ ਸੱਦ ਕੇ ਲਿਆਉਂਦਾ, ਇੱਦਾਂ ਦੀਆਂ ਗੱਲਾਂ ਕਰਦੇ ਰਹੇ, ਮੇਰੇ ਕੰਨਾਂ ਦੇ ਪਰਦੇ ਪਾਟ ਕੇ ਦੋਵੇਂ, ਇਹ ਸਾਰਾ ਚੱਲਦਾ ਰਿਹਾ। ਇਹ ਚੱਲਦਾ ਰਿਹਾ ਮਤਲਬ ਕਿ 17 ਤੋਂ 19 ਦਿਨ ਲਗਾਤਾਰ ਇਹ ਸਿਲਸਿਲਾ ਚੱਲਦਾ ਰਿਹਾ। ਇੱਕ ਮੁੰਡਾ ਕੋਈ ਫੜਿਆ ਸੀਗਾ ਸਮਾਣੇ ਤੋਂ, ਉਹ ਮੂੰਹ 'ਤੇ ਉਹਦੇ ਕੱਪੜਾ ਪਾਇਆ ਹੋਇਆ, ਉਹ ਕਵੇ ਵੀ ਇਹਦੇ ਕੋਲ 2 AK-47 ਹੈ, ਗੰਨਾਂ ਨੇ 2, ਉਹ ਗੰਨਾਂ ਵਾਲੀ ਪੁਲਿਸ ਬੰਦਾ ਮਾਰ ਦਿੰਦੀ ਜੀ, ਸਾਲਟਾਂ ਵਾਲੀ ਤਾਂ ਮਾਰ ਹੀ ਦਿੰਦੀ ਬੰਦਾ। ਅਤੇ ਉਹ ਚਲੋ ਜੀ, ਮੈਂ ਕਿਹਾ ਨਹੀਂ ਹੈਗੇ ਮੇਰੇ ਕੋਲ, ਵੀ ਉਹ ਲੈ ਗਏ ਸੀ, ਹੈ ਸਨ ਮੇਰੇ ਕੋਲ, ਲੈ ਗਏ, ਮੇਰੇ ਕੋਲ ਹੈ ਨਹੀਂ। ਇਹ ਉਹ ਗੰਨਾਂ ਪੁੱਛਦੇ ਰਹੇ, ਇੱਕ ਉਹ ਮੈਨੂੰ ਪੁੱਛਦੇ ਭਾਈ ਰਸਪਾਲ ਸਿੰਘ ਸੰਘੜੇ ਬਾਰੇ ਵੀ ਉਹਨੂੰ ਫੜਾਓ, ਮੈਂ ਮੈਨੂੰ ਪਤਾ ਨਹੀਂ ਜਿਸ ਤਰ੍ਹਾਂ ਚੱਲਦਾ ਰਿਹਾ ਸਿਲਸਿਲਾ। ਹੁਣ ਜਿਹੜੀ ਗੱਲ ਕੁੱਟ ਖਾਣ ਦੀ ਹੈ ਜੀ, ਇਹ ਬੜੀ ਅਜੀਬ ਗੱਲ ਆ। ਮੈਂ ਜਦੋਂ ਹੁਣ ਸੋਚਣਾ ਵੀ ਇਸ ਤਰ੍ਹਾਂ ਕੁੱਟ ਪਈ ਹੈ ਜਾਂ ਤੁਹਾਨੂੰ ਗੱਲ ਸੁਣਾ ਰਿਹਾ, ਅਤੇ ਮੈਨੂੰ ਸਾਰੀ ਗੱਲ ਚੇਤਾ ਆਈ ਜਾਂਦੀ, ਅਤੇ ਮੇਰੇ ਸਰੀਰ 'ਚ ਮੁੜਕਾ ਆਈ ਜਾਂਦਾ ਵੀ ਐਡਾ ਭਿਆਨਕ ਸੀਗਾ। ਹਾਂ ਹਾਂ ਬਿਲਕੁਲ, ਉਹ ਇੰਨਾ ਭਿਆਨਕ ਸਾਹਮਣੇ ਸਾਰਾ ਸੀਨ ਘੁੰਮ ਜਾਂਦਾ। ਹਾਂਜੀ ਹਾਂ, ਉਹ ਭਿਆਨਕ ਸੀ ਇੰਨਾ, ਹੁਣ ਉਹ ਭਿਆਨਕ ਸੀ ਅਤੇ ਕਿਹੜੀ ਗੱਲ ਕਰਕੇ ਅਸੀਂ ਕੁੱਟ ਖਾ ਗਏ, ਉਹ ਕਿਹੜੀ ਤਾਕਤ ਸੀ, ਇਹ ਇਹ ਸਭ ਤੋਂ ਜਿਹੜੀ ਲੋਕਾਂ ਨੂੰ ਅਣਦਿਸੀ ਇੱਕ ਤਾਕਤ ਆ, ਉਹ ਹੈ ਉਹਨਾਂ ਸ਼ਹੀਦਾਂ ਦਾ, ਉਹ ਸੱਚੇ ਸੁੱਚੇ ਮਹਾਂਪੁਰਸ਼ਾਂ ਦਾ, ਉਸ ਗੁਰਬਾਣੀ ਦਾ, ਉਸ ਅਕਾਲ ਪੁਰਖ ਦਾ ਜ਼ੋਰ ਆ ਉਸ ਗੱਲ ਪਿੱਛੇ। ਬੰਦਾ ਕੁੱਟ ਨਹੀਂ ਖਾ ਸਕਦਾ, ਔਰ ਇੰਨੀ ਕੁੱਟ ਖਾਣ ਤੋਂ ਬਾਅਦ ਬੰਦਾ ਉਸ ਪੁਜੀਸ਼ਨ 'ਤੇ ਨਹੀਂ ਆ ਸਕਦਾ ਜਿਹੜੀ 'ਤੇ ਅਸੀਂ ਰਹੇ ਹਾਂ। ਫਿਰ ਇਹ ਗੱਲ ਸਭ ਤੋਂ ਅਨੋਖੀ ਆ ਜਿਹੜੀ ਮੈਂ ਤੁਹਾਨੂੰ ਸੱਚੋ ਸੱਚ ਦੱਸ ਰਿਹਾ, ਵੀ ਮੈਂ ਉਦੋਂ ਬਾਅਦ ਬਿਨਾਂ ਪੌੜੀ ਡਬਲ ਸਟੋਰੀ ਮਕਾਨ 'ਤੇ ਚੜ੍ਹਦਾ ਰਿਹਾ, ਮੇਰੇ ਨਾਲ ਦੇ ਬੰਦੇ ਜਿਉਂਦੇ ਨੇ ਹਜੇ ਵੀ, ਅਤੇ ਪੁਲਿਸ ਨੂੰ ਇਸ ਗੱਲ ਦਾ ਪਤਾ ਵੀ ਮੈਂ ਚੜ੍ਹਦਾ ਰਿਹਾ, ਭੱਜ ਜਾਂਦਾ ਰਿਹਾ। ਇੰਨੀ ਕੁੱਟ ਖਾਣ ਤੋਂ ਬਾਅਦ
ਜਿਹੜੇ ਸਾਡੇ ਬਜ਼ੁਰਗ ਕਈ ਵਾਰੀ ਉਹਨਾਂ ਨੂੰ ਕਿਸੇ ਫੀਮ 'ਚ ਕਿਸੇ ਕਤਲ 'ਚ ਕੁੱਟ ਪੈ ਗਈ, ਉਹਨਾਂ ਨੇ ਕਿਹਾ ਸਾਡੇ 3 ਵਾਰੀ ਚੱਡੇ ਪਾੜਤੇ ਅਤੇ ਸਾਰੀ ਉਮਰ ਉਹ ਰਾਸ ਨਹੀਂ ਆਏ, ਪਰ ਬੰਦਾ ਆਉਂਦਾ ਵੀ ਨਹੀਂ। ਤੁਹਾਡੇ ਕਿੰਨੀ ਵਾਰ ਚੱਡੇ ਪਾੜੇ? ਇਹ ਜਿਹੜਾ ਖਾੜਕੂ ਬੰਦਾ ਉਹਨੂੰ ਕੋਈ ਗਿਣਤੀ ਨਹੀਂ ਜੀ, ਇਹ ਉਹਨਾਂ ਲੋਕਾਂ ਦੀ ਗਿਣਤੀ ਹੈ ਜਿਹੜੇ ਵਿਚਾਰੇ ਕਿਸੇ ਫੀਮ 'ਚ ਜਾਂ ਕਿਸੇ ਉਂਝ ਕਿਸੇ ਗੱਲ 'ਚ ਫੜੇ ਗਏ 3 ਵਾਰੀ ਚੱਡੇ। ਸਾਡੇ ਦੀ ਸ਼ਿਫਟ ਆਉਂਦੀ ਇੱਕ ਸ਼ਿਫਟ 'ਚ 10 ਵਾਰੀ, 12 ਵਾਰੀ, 14 ਵਾਰੀ ਐਂ ਚੱਡੇ ਪਾੜਦੇ ਸ਼ਿਫਟ 'ਚ, ਅਤੇ 3-3 ਸ਼ਿਫਟਾਂ ਲਾਉਂਦੇ। ਐਂ ਨਹੀਂ ਹੈਗਾ ਵੀ ਉਹ ਤਾਂ ਕਿੰਨੀ ਵਾਰੀ ਚੱਡੇ ਪਾੜ ਤੁਹਾਡੇ। ਸਭ ਤੋਂ ਭੈੜੀ ਗੱਲ ਜਿਹੜੀ ਅਣਖ 'ਤੇ ਵਾਰ ਹੋਇਆ, ਜਿਹਦੇ ਕਰਕੇ ਆਪਾਂ ਨੂੰ CIA ਜਾ ਕੇ ਪਤਾ ਲੱਗਾ ਵੀ ਯਾਰ ਇਹ ਮੂਮੈਂਟ ਕਿਵੇਂ ਦੀ ਆ ਅਤੇ ਅਸੀਂ ਕਿਉਂ ਲੜ ਰਹੇ ਹਾਂ। ਜਦੋਂ ਇੱਕ ਬੀਬੀ ਦੇ ਸਾਹਮਣੇ ਸਾਨੂੰ ਅਲਫ ਨੰਗਿਆ ਰੱਖਿਆ ਇਹਨਾਂ ਨੇ, ਉਹ ਅਸਹਿ ਸੀ ਬਿਲਕੁਲ। ਉਹ ਮੈਂ ਬਹੁਤ ਵਾਰੀ ਦੱਸ ਦਿੰਦਾ ਵੀ ਲੋਪੋ ਕੇ ਚਗਾਮਾ ਉੱਥੋਂ ਦੀ ਉਹ ਬੀਬੀ ਸੀਗੀ, ਬਾਕੀ ਮੈਨੂੰ ਉਹਦੇ ਬਾਰੇ ਕੁਛ ਪਤਾ ਨਹੀਂ। ਉਹਦੀ ਛੋਟੀ ਜਿਹੀ ਬੱਚੀ ਸੀ, ਉਹ ਰੋ ਰੋ ਕੇ, ਜਿਹੜੀ ਬੀਬੀ ਤਾਂ ਬੇਹੋਸ਼ ਸੀ ਅਤੇ ਬੇਟੀ ਵੀ ਉੱਤੇ ਹੀ ਐਂ ਬੇਹੋਸ਼ ਹੋਈ ਪਈ, ਅਤੇ ਬੱਚੀ ਵੀ ਸੀ ਨਾਲ। ਇੱਕ ਮੁਲਾਜ਼ਮ ਨੇ ਕਿਹਾ, ਕਹਿੰਦਾ ਜੀ ਉਹ ਬੱਚੀ ਬੇਹੋਸ਼ ਹੋ ਗਈ, ਅਤੇ ਮੈਨੂੰ ਉਹ ਭਾਂਬਰੀ ਦੇ ਉਹ ਸ਼ਬਦ ਨਹੀਂ ਭੁੱਲਦੇ ਜੀ। ਉਹ ਕਹਿੰਦਾ ਵੀ ਕਹਿੰਦਾ ਤੁਸੀਂ 3-4 ਜਣੇ ਹੈਗੇ ਹੋ ਅੰਦਰ ਲੈ ਉਹਨੂੰ ਲਾਓ ਬੇਹੋਸ਼ੀ ਦੀ, ਇਹ ਸ਼ਬਦ ਉਹਨੇ ਕਹੇ। ਉਹ ਜਿਹੜਾ ਇੰਚਾਰਜ ਸੀ ਭਾਂਬਰੀ, ਹਾਂਜੀ ਹਾਂਜੀ, ਸੰਤ ਕੁਮਾਰ ਭਾਂਬਰੀ, ਮੈਂ ਬਾਈ ਨੇਮ ਕਿਹਾ, ਪਤਾ ਨਹੀਂ ਮਰ ਗਿਆ ਕਿਆ ਗਿਆ ਸਰ, ਮੈਨੂੰ ਪਤਾ ਨਹੀਂ ਹੈਗਾ ਬਹੁਤ। ਮਤਲਬ ਉਹਦਾ ਨਾਂ ਲੈਣਾ ਵੀ ਮੇਰੇ ਲਈ, ਮੈਨੂੰ ਐਂ ਲੱਗਦਾ ਵੀ ਉਹ ਬੰਦਾ ਪਾਪੀ ਸੀ ਬਹੁਤ, ਅਤੇ ਉਹ ਤਵਸਬੀ ਸੀ, ਅਤੇ ਐਜ ਏ ਸਿੱਖ ਸਾਨੂੰ ਉਹ ਟੋਰਚਰ ਕਰਦਾ ਸੀਗਾ, ਸੱਚੀ ਕਰਦਾ ਸੀ ਇੱਦਾਂ ਉਹ। ਅਤੇ ਉਸ ਬੰਦੇ ਨੂੰ ਜਿਹੜੀ ਉਹ ਗੱਲ ਸੀਗੀ ਉਹ ਨਹੀਂ ਦਿਮਾਗ 'ਚ ਗਈ ਜੀ ਬਿਲਕੁਲ, ਅੱਜ ਵੀ ਨਹੀਂ ਜਾਂਦੀ ਜੀ ਗੱਲ ਦਿਮਾਗ 'ਚੋਂ ਨਹੀਂ ਜਾਂਦੀ ਹੈਗੀ। ਚਲੋ ਜੀ, ਉਹ ਦੌਰ ਇਹ ਚੱਲਦਾ ਰਿਹਾ, ਲਗਾਤਾਰ ਸਿਲਸਿਲਾ ਚੱਲਦਾ ਰਿਹਾ। ਸਾਡੇ ਸਾਹਮਣੇ ਕੋਈ ਪਿਆਰਾ ਸਿੰਘ ਨਾਂ ਦਾ ਸਿੰਘ ਸੀ ਜਿਹਨੂੰ ਇਹਨਾਂ ਨੇ ਕਾਠ 'ਚ ਲਾਇਆ, ਉਹਦਾ ਮਲ ਮੂਤਰ ਵਿੱਚੇ ਨਿਕਲਿਆ ਸੀ, ਉਹ ਬਾਅਦ 'ਚ ਸਾਨੂੰ ਦੱਸਿਆ ਨਹੀਂ, ਉਹਨੂੰ ਇਹਨਾਂ ਨੇ ਕਿਤੇ ਸ਼ਹੀਦ ਕਰਤਾ ਹੋਊਗਾ ਵੀ ਭੱਜਣ ਲੱਗਾ ਸੀ ਜੀ, ਭੱਜ ਗਿਆ ਜਿਵੇਂ ਪੁਲਿਸ ਸਟੋਰੀ ਮੁਕਾਬਲੇ ਬਣਾਉਂਦੀ। ਹਾਂਜੀ ਹਾਂ, ਉਹਨੂੰ ਵੀ ਇਹਨਾਂ ਸ਼ਹੀਦ ਕੀਤਾ। ਹੋਰ ਕਈ ਕੁਛ, ਨਿੱਤ ਦਿਹਾੜੀ ਬੰਦਿਆਂ ਦੀਆਂ ਲਾਸ਼ਾਂ ਆਉਂਦੀਆਂ ਜੀ ਜਾਂਦੀਆਂ, ਮਤਲਬ ਹਾਂਜੀ ਹਾਂ, ਇਹ ਸੈਂਟਰ ਸੀਗਾ ਪਟਿਆਲਾ, ਸੈਂਟਰ ਸੀਗਾ, ਹਾਂਜੀ ਹਾਂ, ਬਹੁਤ ਵੱਡਾ ਸੈਂਟਰ ਸੀ, ਇੰਟਰਵਰਡ ਸੈਂਟਰ ਸੀ ਪਟਿਆਲਾ, ਕਈ ਜ਼ਿਲ੍ਹਿਆਂ ਦੀ ਇੱਥੇ ਆਉਂਦੇ ਜਾਂਦੇ ਲੋਕ, ਇੱਕ ਹਰਿਆਣਾ ਨਾਲ ਲੱਗਦਾ ਉੱਥੋਂ ਲੈ ਆਉਂਦੇ ਲੋਕਾਂ ਨੂੰ ਚੁੱਕ ਚੁੱਕ ਕੇ। ਪੁੱਠਾ ਲਮਕਾਉਣ ਵਾਲੀ ਕਿਹੜੀ ਜਗ੍ਹਾ ਸੀ ਬਣਾਈ ਹੋਈ ਸੀ ਪਟਿਆਲਾ CI ਦੇ ਵਿੱਚ? CI ਦੇ ਇਹਨਾਂ ਨੇ ਪੁੱਠਾ ਲਟਕਾਉਣ ਵਾਲੀ ਨਾ, ਇਹ ਤਾਂ ਕਿਤੇ ਵੀ, ਵੈਸੇ ਤਾਂ ਇਹਨਾਂ ਨੇ ਬਾਅਦ 'ਚ ਤਾਂ ਸਪੈਸ਼ਲ ਸਿਸਟਮ ਕਰ ਲਿਆ ਸੀ, ਇਹ ਨਾ ਪੌਣੀ ਲਾ ਲੈਂਦੇ ਜੀ ਉੱਤੇ, ਉਹ ਚਰਖੜੀ ਜੀ ਬਣ ਲਈ ਅਤੇ ਗੋਲੀ ਜੀ, ਅਤੇ ਇੱਥੇ ਟਾਹਲੀਆਂ ਨੇ ਹੋਰ ਦਰਖਤ ਸੀਗੇ ਉਹਨਾਂ ਨਾਲ ਬਣ ਲਈ ਦਰਸਾ, ਹਾਂ ਪਿੱਪਲ ਜਾਂ ਕੋਈ ਪਿੱਪਲ ਸੀ ਮੇਰੇ ਖਾ ਬੋਰਡ, ਇੱਦਾਂ ਮੈਨੂੰ ਪੱਕੀ ਪਛਾਣ ਨਹੀਂ, ਉਹਨਾਂ 'ਚੋਂ ਇੱਕ ਸੀਗਾ, ਉਹਦੇ ਨਾਲ ਪੱਕਾ ਹੀ ਰੱਸਾ ਵੱਜਾ ਹੁੰਦਾ ਜੀ, ਪੱਕਾ ਹੀ ਵੱਜਾ ਹੁੰਦਾ ਸੀ, ਉੱਥੇ ਹੀ ਘੋਟਾ ਪਿਆ ਹੁੰਦਾ ਸੀਗਾ ਲਾਉਣ ਵਾਲਾ, ਜਿਹੜਾ ਲੱਤਾਂ 'ਤੇ ਫੇਰਦੇ ਆ, ਉਹ ਬਹੁਤ ਖਤਰਨਾਕ ਸੀਨ ਸੀਗਾ। ਘੋਟਣੇ, ਘੋਟਣੇ ਦਾ ਵੀ ਜ਼ਿਕਰ ਆਉਂਦਾ, ਘੋਟਣੇ ਦਾ ਨਾਮ ਕਿਵੇਂ ਪਿਆ? ਉਹੀ ਘੋਟਣਾ, ਘੋਟਣੇ ਕਰਕੇ ਪਿਆ ਜੀ, ਇਹ ਮਤਲਬ ਇੱਕ ਗੋਲ ਡੰਡਾ ਅਤੇ ਆਹ ਲੱਤਾਂ ਤੁਹਾਡੀਆਂ, ਇਹਨਾਂ ਦੇ ਉੱਤੇ ਐਂ ਉਹਨੇ ਰੱਖ ਲੈਣਾ, ਦੋ ਬੰਦੇ ਇੱਧਰ, ਵੱਧ ਵੀ ਚੜ੍ਹ ਜਾਂਦੇ ਜਿੰਨੇ ਵੀ ਆ ਜਾਓ ਵੀ ਚੜ੍ਹ ਜਾਓ ਉੱਤੇ, ਬਸ 2 ਚੜ੍ਹ ਗਏ, 3 ਚੜ੍ਹ ਗਏ, 4 ਵੀ ਚੜ੍ਹ ਗਏ, ਜਿੰਨਾ ਡੰਡਾ ਵੱਧ ਹੁੰਦਾ ਸਪੇਸ ਹੁੰਦੀ ਉਨੇ ਚੜ੍ਹ ਜਾਂਦੇ ਉੱਤੇ, ਫਿਰ ਉਹਨੂੰ ਘੁਮਾਉਂਦੇ, ਭਾਅ ਮਾਸ ਟੁੱਟ ਜਾਂਦਾ, ਪਾੜ ਜਾਂਦਾ ਬੰਦੇ ਦਾ। ਇਹ ਮਤਲਬ ਕਿ ਇਹ ਦੱਸਣ ਦੀ ਗੱਲ ਆ, ਸਰਲ ਭਾਸ਼ਾ ਜੇ ਆਪਾਂ ਕਹੀਏ, ਹੁਣ ਆਹੀ ਲੱਤਾਂ ਨੇ ਐਂ ਹੀ ਆ, ਅਤੇ ਇਹਨਾਂ ਨੂੰ ਤੁਸੀਂ ਇੱਥੇ ਉਂਗਲਾਂ ਨੂੰ ਲੈ ਕੇ ਆਉਣਾ, ਇਹ ਤਾਂ ਕਿਵੇਂ ਰਹਿ ਬਚਣਗੀਆਂ ਜੀ? ਬਿਲਕੁਲ, SPC ਸਿੰਘ ਚੋਣਾਂ ਨੇ ਲੈ ਕੇ ਆਉਣਾ ਤੁਹਾਨੂੰ। ਘੋਟਣਾ ਜਿਹੜਾ SSP ਸੀ ਉਹ ਨਾਲ ਰੱਖਦਾ ਸੀ ਘੋਟਣਾ, ਕਹਿੰਦੇ ਉਹ ਗੱਡੀ ਦੇ ਵਿੱਚ ਜਾਂ ਫਿਰ ਨਾਲ ਹੀ ਰੱਖਦਾ ਸੀ ਜਿੱਥੇ ਵੀ ਜਾਂਦਾ ਸੀ, ਗੱਡੀ ਦੇ ਵਿੱਚ, ਜਿਪਸੀ ਦੇ ਵਿੱਚ ਨਾ ਇਹ ਰੱਖਦੇ ਡੰਡੇ ਅਤੇ ਘੋਟਣਾ ਵੀ ਰੱਖਦੇ ਅਤੇ ਮਸ਼ੀਨ ਰੱਖਦੇ ਗੱਡੀ 'ਚ ਬਿਜਲੀ ਲਾਉਣ ਵਾਲੀ, ਬਿਜਲੀ ਲਾਉਣ ਵਾਲੀ, ਹਾਂਜੀ ਹੁੰਦੀ ਸੀ ਉਹ ਗੱਡੀ, ਹਾਂਜੀ ਹਾਂ ਪੱਕੀ। ਇਹ ਤਾਂ ਜਿੱਥੇ ਕਿਤੇ ਮਤਲਬ ਬੰਦੇ ਨਾ, ਜਿਹੜੇ ਬੰਦੇ ਇਹਨਾਂ ਨੇ, ਕਈ ਬੰਦੇ ਇਹਨਾਂ ਨੂੰ ਹੁੰਦਾ ਸੀ ਵੀ ਇਸ ਬੰਦੇ ਦੇ ਜਾਂ ਤਾਂ ਸਿਫਾਰਿਸ਼ ਆਜੂਗੀ ਅਤੇ ਜਾਂ ਇਸ ਬੰਦੇ ਨੂੰ ਕੋਈ ਛਡਾਲੂਗਾ,
ਉਹਨੂੰ ਤਾਂ ਫਿਰ ਇੱਕ ਅੱਧੇ ਦਿਨ 'ਚ ਹੀ, ਜਿਵੇਂ ਭਾਈ ਰਛਪਾਲ ਸਿੰਘ ਸੰਧੜੇ ਨੂੰ ਇੱਕ ਦੋ ਦਿਨਾਂ 'ਚ ਹੀ ਸ਼ਹੀਦ ਕਰਤਾ ਸੀ ਨਾ ਇਸ ਤਰ੍ਹਾਂ, ਅਤੇ ਆਪਣੇ ਸੁਖਦੇਵ ਸਿੰਘ ਬੱਬਰ ਜੀ ਹੁਣਾਂ ਨੂੰ, ਉਹਨਾਂ ਨੂੰ ਵੀ ਇਹਨਾਂ ਨੇ ਇੱਕ ਅੱਧੇ ਦਿਨ 'ਚ, ਕੁਛ ਬੰਦੇ ਤਾਂ ਫੜਨ ਸਾਰ ਹੀ ਫਿਰ ਇਹ ਕਰ ਦਿੰਦੇ ਵੀ ਇਹਨਾਂ ਨੂੰ, ਕਿਉਂਕਿ ਸਾਡੀ ਤਾਂ ਇੰਨੀ ਅਜੇ ਤਾਂ ਸ਼ੁਰੂ ਵਾਸਤੇ ਹੀ, ਸਾਡਾ ਕਿਹੜਾ ਇਹਨਾਂ ਨੂੰ ਫਿਕਰ ਸੀ ਵੀ ਕੋਈ ਆਊਗਾ ਪਿੱਛੇ, ਇਹਨਾਂ ਦੀ ਗੱਲ ਹੋਊਗੀ, ਲੱਗੇ ਰਹੇ। ਫਿਰ ਕਿੰਨਾ ਸਮਾਂ ਸੀ ਇਹ ਸਟਾਫ ਦੇ ਵਿੱਚ, ਉਸ ਤੋਂ ਬਾਅਦ ਕਿਵੇਂ ਚੱਲਿਆ ਫਿਰ ਅਗਲੀ ਗੱਲਬਾਤ ਕਿਵੇਂ? ਮੈਂ ਰਿਹਾ ਜੀ ਇੱਥੇ ਕੋਈ 30 ਕੁ ਦਿਨ ਰਹਿਣ ਤੋਂ ਬਾਅਦ ਇੱਥੇ ਰੇਡ ਹੋ ਗਈ ਜੀ ਹਾਈ ਕੋਰਟ ਤੋਂ। ਹੁਣ ਪਤਾ ਲੱਗਦਾ, ਉਦੋਂ ਤਾਂ ਇਹ ਵੀ ਨਹੀਂ ਪਤਾ ਵੀ ਰੇਡ ਹੋਈ ਆ। ਸਾਨੂੰ ਚੁੱਕ ਕੇ ਨਾ CRP ਹੁੰਦੀ ਸੀਗੀ ਇੱਥੇ, ਕਿਤੇ ਪਤਾ ਨਹੀਂ ਕੈਂਪ ਕੋਈ ਲੱਗਾ, CRPC ਜਾਂ ਕੋਈ BSFC, ਮੈਨੂੰ ਇਹ ਵੀ ਨਹੀਂ ਪਤਾ ਜੀ। ਉੱਥੇ ਮੈਨੂੰ ਛੱਡ ਆਏ, ਉੱਥੇ ਛੱਡ ਆਏ, ਉੱਥੋਂ ਫਿਰ ਲੈ ਆਏ 3-4 ਦਿਨਾਂ ਬਾਅਦ। ਉੱਥੋਂ ਫਿਰ ਇਹ ਲੈ ਗਏ ਸਮਾਣੇ, ਲੈ ਗਏ ਸਮਾਣੇ ਤੋਂ ਫਿਰ ਅੱਗੇ ਘੱਗੇ ਲੈ ਗਏ ਜੀ। ਘੱਗੇ ਇੱਕ ਥਾਣੇਦਾਰ ਹੁੰਦਾ ਸੀਗਾ ਟੋਡਾ, ਉਹਨੇ ਮੈਨੂੰ ਕਹਿਤਾ ਵੀ ਤੇਰੇ ਕੋਲ ਅੱਜ ਦਾ ਦਿਨ ਅਤੇ ਕੁਛ ਟਾਈਮ ਆ, ਬਸ ਵੀ ਕੱਲ੍ਹ ਤੇਰਾ ਨੰਬਰ ਹੈ ਵੀ ਤੂੰ ਬਸ ਨਾਮ ਜਪ ਜਿੰਨਾ ਜਪ ਸਕਣਾ। ਮੈਨੂੰ ਇਹਨਾਂ ਨੇ ਘੱਗੇ ਉੱਥੇ ਇੱਕ ਮੈਸ ਦੇ ਵਿੱਚ ਬੰਦ ਕਰਤਾ ਜੀ। ਜਦੋਂ ਉਹਨੇ ਤੁਹਾਨੂੰ ਕਿਹਾ ਵੀ ਤੇਰੇ ਲਈ ਕੁਝ ਸਮਾਂ, ਫਿਰ ਕੀ ਮੂਵਮੈਂਟ ਸੀ ਮਨ ਦੇ ਵਿੱਚ, ਕੀ ਚੱਲ ਰਿਹਾ ਸੀ? ਕੋਈ ਮੂਵਮੈਂਟ ਨਹੀਂ ਸੀ, ਉਹ ਇਹੀ ਸੀ ਵੀ ਬਸ ਜੋ ਇਹ ਕਹਿਣ ਡਿਆ। ਇਹ ਕਈ ਵਾਰੀ ਹੁੰਦਾ, ਫਿਰ ਮੈਨੂੰ ਇਹ ਗੱਲ ਦਾ ਪੱਕਾ ਹੋ ਗਿਆ ਜਦੋਂ ਫਿਰ ਇਹਨਾਂ ਨੇ ਅੱਗੇ ਪਰਦਾ ਲਾਤਾ ਨਾ, ਫਿਰ ਇਹਨਾਂ ਨੇ ਬਾਹਰ ਨਹੀਂ ਕੱਢਿਆ, ਫਿਰ ਮੈਨੂੰ ਲੱਗ ਗਿਆ ਮੈਂ ਕਿਹਾ ਹੁਣ ਸਾਡਾ ਮੁਕਾਬਲਾ ਬਣਾਉਣਗੇ ਇਹ, ਵੀ ਆਖਰੀ ਸਮਾਂ, ਹਾਂ ਆਖਰੀ ਸਮਾਂ। ਹਾਂ ਫਿਰ ਉਹ ਜਵਾਕ ਸੀਗੇ, ਉਹ ਕਈ ਮਤਲਬ ਮਾਂ ਚੇਤੇ ਆ ਜਾਂਦੀ, ਮੇਰਾ ਭਰਜਾਈ ਨਾਲ ਪਿਆਰ ਸੀ ਬਹੁਤ, ਉਹ ਬੱਚਾ ਇੱਦਾਂ ਕੁਛ ਗੱਲਾਂ ਘੁੰਮਦੀਆਂ ਵਾਰ ਵਾਰ ਹੈ ਨਾ, ਅਤੇ ਫਿਰ ਇਹ ਆਉਂਦਾ ਵੀ ਯਾਰ ਵੀ ਲੜ ਕੇ ਮਰਨਾ ਚਾਹੀਦਾ ਸੀ, ਗਲਤ ਹੋ ਗਿਆ ਸਾਰਾ ਕੁਛ, ਹੈ ਨਾ, ਵੀ ਪਰਮਾਤਮਾ ਨੂੰ ਇੱਕ ਵਾਰੀ ਆਜ਼ਾਦ ਕਰਾ ਵੀ ਲੜੀਏ ਤਾਂ ਸਹੀ ਘੱਟੋ ਘੱਟ, ਹੈ ਨਾ। ਇਹ ਇਹ ਇੱਦਾਂ ਦੀਆਂ ਖਿਆਲ ਆਉਂਦੇ, ਬਹੁਤਾ ਜ਼ਿਆਦਾ ਤਾਂ ਡੀਪ ਸੋਚ ਨਹੀਂ ਸੀ ਹੈਗੀ ਨਾ ਅਜੇ, ਪਰ ਇਹ ਖਿਆਲ ਆਉਂਦੇ 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 ਬਾਹਰ ਪੰਚਾਇਤ ਆ ਗਈ ਇੱਕ, ਉਹ 'ਚ ਇੱਕ MLA ਸਾਹਿਬ ਸੀਗੇ ਆਪਣੇ ਜਾਣਕਾਰ, ਉਹ ਆ ਗਏ ਅਤੇ ਉਹਨਾਂ ਨੇ, ਮੈਂ ਉਹਨੂੰ ਕਿਹਾ ਵੀ ਮੈਂ ਬਾਹਰ ਜਾਣਾ ਆ, ਜਿਹੜਾ ਮੈਸ ਵਾਲਾ ਸੀ ਮੁੰਡਾ, ਉਹ ਕਹਿੰਦਾ ਜੀ ਵੀ ਸਰ ਕਹਿੰਦਾ ਡੱਕ ਕੇ ਗਏ ਨੇ ਉੱਥੇ, ਬਲਜਿੰਦਰ ਸਿੰਘ ਹਰਿਆਬੂ ਦੇ ਕੋਲ ਵਿਆਹ ਸੀ, ਉੱਥੇ ਗਿਆ ਸੀ ਉਹ ਥਾਣੇਦਾਰ ਗੁਰਮੇਲ ਸਿੰਘ ਹੁੰਦਾ ਸੀਗਾ, ਅਤੇ ਮੈਂ ਕਿਹਾ ਵੀ ਮੈਂ ਇੱਥੇ ਕਰ ਦਾਂਗਾ ਮੈਂ ਭੱਜ ਉਹਨੂੰ, ਉਹਨੇ ਸੋਚਿਆ ਮੈਸ ਯਾਰ ਕਿਤੇ ਇੱਦੀ ਨਾਲ ਗੱਲ ਕਰ, ਹੈ ਨਾ, ਉਹਨੇ ਜਾ ਕੇ ਮੁਨਸ਼ੀ ਨੂੰ ਕਿਹਾ, ਕਹਿੰਦੇ ਚੱਲ ਜਵਾਕ ਯਾਰ ਪਿਸ਼ਾਬ ਕਰਾ ਦੇ, ਕੋਈ ਗੱਲ ਨਹੀਂ, ਪਿਸ਼ਾਬ ਕਰਨ ਦਾ ਰੌਲਾ ਪਾਤਾ, ਪੰਚਾਇਤ 'ਚ ਰੌਲਾ ਪੈ ਗਿਆ। MLA ਸੀ ਗੁਰਦੇਵ ਸਿੰਘ ਸਿੱਧੂ, ਉਹ ਕਹਿੰਦਾ ਵੀ ਇਹਨੂੰ ਸਾਨੂੰ ਮਹੀਨਾ ਹੋ ਗਿਆ ਲੱਭ ਜਾਣ, ਜਾਂ ਇਹਨੂੰ ਪੇਸ਼ ਕਰੋ ਜਾਂ ਇਹਨੂੰ ਛੱਡੋ। ਇੱਕ ਸਰਪੰਚ ਸੀਗੇ ਧਨੇਠੇ ਤੋਂ ਜਸਵੰਤ ਸਿੰਘ, ਅਤੇ ਫਿਰ ਇਹਨਾਂ ਨੂੰ ਰੌਲਾ ਪੈ ਗਿਆ, ਗਾਲ ਮਗਾਲੀ, ਥਪੜੋ ਥਪੜੀ, ਬੜਾ ਕੁਛ ਹੋਇਆ ਥਾਣੇ 'ਚ, ਅਤੇ ਉਹ ਇਸ ਗੱਲ ਕਰਕੇ ਵੀ ਇਹ ਤਾਂ ਗਲਤ ਹੋ ਗਿਆ ਕੰਮ। ASSP ਨੇ ਕਹਿ ਦਿੱਤਾ ਸਵੇਰੇ ਖਬਰ ਲੱਗ ਜਾਣੀ, ਅਤੇ ਸਾਡਾ ਕਲਵਾਣੂ ਵਾਲਾ ਜਿਹੜਾ ਪੋਲੇ, ਉੱਥੇ ਸਾਡਾ ਮੁਕਾਬਲਾ ਬਣਾਉਣਾ ਸੀ ਨਾ, ਉੱਥੋਂ ਦੀ ਫਿਰ ਸਾਡੇ 'ਤੇ ਕੇਸ ਸੋਚ ਲਿਆ ਸੀ ਇਹਨਾਂ ਨੇ, ਸਾਰਾ ਸਭ ਕੁਛ ਪੂਰਾ ਇਹਨਾਂ ਨੇ, ਸਵੇਰੇ ਉਹੀ ਖਬਰ ਲੱਗੀ, ਸਿਰਫ ਮੁਕਾਬਲੇ ਦੀ ਲੱਗੀ, ਉਹੀ ਖਬਰ ਲੱਗੀ ਸਵੇਰੇ ਵੀ ਦੋ ਬੰਦੇ ਫੜੇ ਗਿਆ ਅਤੇ ਉਹਨਾਂ ਕੋਲ ਅਸਲਾ ਫੜਿਆ ਗਿਆ ਤਾਂ ਇੱਦਾਂ ਇੱਦਾਂ, ਉਸੇ ਪੁਲ ਦੀ ਖਬਰ ਫਿਰ ਸਾਡੀ, ਜੇਕਰ ਉਹ ਪੰਚਾਇਤ ਜਾਂ ਉਹ MLA ਨਾ ਹੁੰਦੀ ਉਹ ਥਾਣੇ 'ਚ, ਫਿਰ ਮੁਕਾਬਲੇ ਦੀ ਖਬਰ 100% ਜੀ, 100% ਬਿਲਕੁਲ। ਅਤੇ ਉੱਥੇ ਇੱਕ ਮੁਲਾਜ਼ਮ ਸੀ, ਉਹਨੇ ਮੈਨੂੰ ਕਿਹਾ ਵੀ ਸਵੇਰੇ, ਕਹਿੰਦਾ ਵਧਾਈਆਂ ਹੋ ਗਈਆਂ। ਮੈਂ ਉਹਨੂੰ ਕਹਿਣ ਡਿਆ, ਮੈਂ ਸਰ ਕੀ ਗੱਲ ਹੋਈ ਜਨਾਬ, ਮੈਨੂੰ ਕਹਿੰਦਾ ਮਾਰ ਦੇਣਾ ਸੀ ਤੁਹਾਨੂੰ, ਬਚ ਗਏ ਤੁਸੀਂ, ਉਹ ਇੰਨੀ ਗੱਲ ਮੈਨੂੰ ਕਹਿੰਦਾ, ਉਹ ਗਾਲ ਵੀ ਕੱਢ ਗਿਆ ਮੈਨੂੰ, ਕਹਿੰਦਾ ਸਾਲਿਆ ਕਿਤੇ ਦੱਸ ਨਾ ਦੇਈ ਇਹਨਾਂ ਨੂੰ, ਮੈਨੂੰ ਲੰਮਿਆ ਪਾਲ ਦੀ, ਮੈਨੂੰ ਇੱਦਾਂ ਦੀ ਕੁਛ ਗੱਲਾਂ ਕਈ ਵਾਰੀ ਚੇਤਾ ਨਹੀਂ ਰਹਿੰਦੀਆਂ, ਜਦੋਂ ਆਪਾਂ ਸੋਚਦੇ ਹਾਂ ਫਿਰ ਬਹੁਤ ਗੱਲਾਂ ਚੇਤਾ ਆ ਜਾਂਦੀਆਂ, ਤੁਸੀਂ ਪੁੱਛ ਰਹੇ ਹੋ, ਹੁਣ ਤੁਹਾਨੂੰ ਸਮਾਂ ਬੜਾ ਹੋ ਗਿਆ ਜੀ, ਕਈ ਗੱਲਾਂ ਭੁੱਲ ਜਾਂਦੀਆਂ ਨੇ, ਡੇਟਾਂ ਭੁੱਲ ਜਾਂਦੀਆਂ ਨੇ, ਸਮਾਂ ਭੁੱਲ ਜਾਂਦਾ ਵੀ ਕਿਹੜੇ ਸਮੇਂ ਕਿਵੇਂ ਹੋਇਆ ਨਾ।